ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਖਾਸ ਕਰਕੇ ਇੱਕ ਮੰਦਭਾਗੀ ਘਟਨਾ ਜਿਹੜੀ ਹੁੰਦੀ ਹੁੰਦੀ ਬਚ ਗਈ ਸ਼ੁਕਰਗੁਜ਼ਾਰ ਹਾਂ ਉਸ ਪਰਵਰਦਿਗਾਰ ਦੇ ਗੁਵਾਹਾਟੀ ਤੋਂ ਦਿੱਲੀ ਪਲੇਨ ਆ ਰਿਹਾ ਸੀ ਇੰਡੀਗੋ ਦਾ ਜਿਹੜਾ ਕਿ ਪੰਛੀ ਟਕਰਾ ਜਾਣ ਕਰਕੇ ਉਹਦੇ ਜਿਹੜੇ ਟੈਕਨੀਕਲ ਇਸ਼ੂ ਆ ਗਿਆ ਸੀ ਪਾਇਲਟ ਨੇ ਬੜੀ ਸੂਝ-ਬੂਝ ਨਾਲ ਦੁਬਾਰਾ ਗੁਵਾਹਾਟੀ ਏਅਰਪੋਰਟ 'ਤੇ ਦੁਬਾਰਾ ਉਤਾਰ ਲਿਆ 99 ਕਰੂ ਮੈਂਬਰ ਅਤੇ ਯਾਤਰੀ ਸਮੇਤ 99 ਬੰਦਿਆਂ ਜਾਨ ਬਚ ਗਈ ਸ਼ੁਕਰ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਦੂਸਰਾ ਦਰਸ਼ਕੋ ਕਿ ਤਾਲਿਬਾਨ ਨੇ ਪੰਚਸ਼ੀਰ ਘਾਟੀ ਦੇ ਉੱਤੇ ਕਬਜ਼ਾ ਕਰ ਲਿਆ ਇਫ ਹੀ ਹੈ ਇਹ ਲੇਟੈਸਟ ਜਿਹੜੀ ਹੈ ਪਾਕਿਸਤਾਨ ਏਅਰਫੋਰਸ ਨੇ ਉਹਨਾਂ ਦੀ ਮਦਦ ਕੀਤੀ ਅਤੇ ਪੰਚਸ਼ੀਰ ਘਾਟੀ ਦੇ ਉੱਤੇ ਕਬਜ਼ਾ ਕਰ ਲਿਆ ਹਾਲਾਂਕਿ ਉੱਥੋਂ ਦੇ ਜਿਹੜੇ ਨੌਰਦਰਨ ਅਲਾਈਂਸ ਦੇ ਜਿਹੜੇ ਪ੍ਰਵਕਤਾ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਅੱਗੇ ਵਧਦੇ ਦਰਸ਼ਕੋ ਕਹਿੰਦੇ ਹੁੰਦੇ ਨਾ ਕਿ ਦੋਨਾਂ ਵਿੱਚ ਹੀ ਚੰਡੀ ਨੱਚੇ ਕੱਲੀ ਮੂੰਹੋਂ ਬਾਤ ਨਹੀਂ ਪੈਂਦੀ ਮਹਿਲਾਂ ਵਿੱਚ ਰਹਿਣ ਵਾਲਿਓ ਮਹਿਲਾਂ ਵਿੱਚ ਰਹਿਣ ਵਾਲਿਓ ਹੌਸਲਿਆਂ ਦੀ ਕਦੇ ਰਾਤ ਨਹੀਂ ਪੈਂਦੀ ਅਤੇ ਮੈਂ ਗੱਲ ਕਰ ਰਿਹਾ ਦਰਸ਼ਕੋ ਮੁਜ਼ੱਫਰਨਗਰ ਮਹਾਂਪੰਚਾਇਤ ਦੀ ਰਿਕਾਰਡ ਤੋੜ ਇਕੱਠ ਹੋਇਆ ਜਿੱਥੇ ਕਿ ਕਹਿ ਰਹੇ ਸੀਗੇ ਕਿ ਕੁਛ ਚੰਦ ਲੋਕ ਆਉਣਗੇ ਰਿਕਾਰਡ ਤੋੜ ਇਕੱਠ ਹੋਇਆ ਉਸ ਤੋਂ ਬਾਅਦ ਜਿਹੜਾ ਕਰਨਾਲ ਦੇ ਵਿੱਚ ਹੁਣ ਘਮਾਸਾਣ ਮਚਿਆ ਹੋਇਆ ਮੇਰੇ ਕੋਲ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਹਰ ਚੈਨਲ ਆਪਦੇ ਹਿਸਾਬ ਨਾਲ ਗੱਲ ਕਰ ਰਿਹਾ ਮੈਂ ਇੱਕ ਗੱਲ ਬੜੀ ਕਲੀਅਰ ਕਰ ਦੇਵਾਂ ਕਿ ਮੇਰੀ ਯੋਗਿੰਦਰ ਯਾਦਵ ਹੁਣਾਂ ਨਾਲ ਗੱਲ ਹੋਈ ਸੀ ਉਹ ਕਹਿੰਦੇ ਕਿ ਅਰੈਸਟ ਜਿਹੜਾ ਹੋਣਾ ਹੈ ਜਿਹੜਾ ਗ੍ਰਿਫਤਾਰੀ ਹੁੰਦੀ ਆ ਉਹਦੀ ਬਕਾਇਦਾ ਜ਼ਮਾਨਤ ਲਈ ਜਾਣੀ ਹੁੰਦੀ ਜ਼ਰੂਰੀ ਆ ਅਦਰਵਾਈਜ਼ ਤੁਸੀਂ ਬਾਹਰ ਨਹੀਂ ਆ ਸਕਦੇ ਇੱਕ ਹੁੰਦਾ ਪੁਲਿਸ ਨੂੰ ਇਤਿਆਦ ਦੇ ਤੌਰ 'ਤੇ ਕੁਛ ਲੋਕ ਹਿਰਾਸਤ 'ਚ ਲਏ ਜਾਣੇ ਯਾਨੀ ਕਿ ਟੈਂਪਰੇਰੀ ਕਸਟਡੀ ਦੇ ਵਿੱਚ ਲਏ ਜਾਣਾ ਉਹ ਲਏ ਸੀਗੇ ਔਰ ਰਕੇਸ਼ ਟਿਕੈਤ ਵੀ ਚੜੂਨੀ ਸਾਹਿਬ ਵੀ ਯੋਗਿੰਦਰ ਯਾਦਵ ਜੀ ਵੀ ਈਵਨ ਰਾਜੇਵਾਲ ਸਾਹਿਬ ਉਹਨਾਂ ਨੂੰ ਕੁਛ ਸਮੇਂ ਬਾਅਦ ਜਿਹੜਾ ਕਿਸਾਨਾਂ ਦਾ ਭਾਰੀ ਰੋਸ਼ ਦੇਖਦੇ ਹੋਏ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਹੋਵੇ ਤਾਂ ਬਕਾਇਦਾ ਬੇਲ ਲੈਣੀ ਪੈਂਦੀ ਹੈ ਕੋਰਟ ਤੋਂ ਦਰਸ਼ਕੋ ਟਕਰਾਵ ਵਾਲੀ ਸਥਿਤੀ ਬਣੀ ਹੋਈ ਹੈ ਕਰਨਾਲ ਦੇ ਵਿੱਚ ਟਕਰਾਵ ਨਾ ਤਾਂ ਸਰਕਾਰ ਪਿੱਛੇ ਹਟਣ ਨੂੰ ਤਿਆਰ ਹੈ ਅਤੇ ਨਾ ਹੀ ਕਿਸਾਨ ਆਪਾਂ ਅਰਦਾਸ ਕਰਾਂਗੇ ਕਿਉਂਕਿ ਉਹ ਭਾਰਤ ਦੇਸ਼ ਮਹਾਨ ਆਪਣਾ ਆ ਪ੍ਰਸ਼ਾਸਨ ਵੀ ਆਪਣਾ ਪੁਲਿਸ ਵੀ ਆਪਣੀ ਕਿਸਾਨ ਵੀ ਆਪਣੇ ਸਿੱਧੇ ਟਕਰਾਅ ਤੋਂ ਬਚਿਆ ਜਾਵੇ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਅਗੇਨ ਕਿਸਾਨਾਂ ਦੇ ਨਾਲ ਹਾਂ ਤਾਂ ਖੜਾਂਗੇ ਕਿਸਾਨਾਂ ਨੂੰ ਵਾਰ ਵਾਰ ਕਿਸਾਨ ਆਗੂਆਂ ਦੀ ਵੀ ਇਹੀ ਰਾਤ ਉਹਨਾਂ ਨੇ ਕਰਨਾਲ ਜਿਹੜੇ ਰਕੇਸ਼ ਟਿਕੈਤ ਜੀ ਆ ਚੜੂਨੀ ਸਾਹਿਬ ਉਹਨਾਂ ਨੇ ਧਾਨ ਮੰਡੀ ਉੱਥੇ ਜਿੱਥੇ ਪਹਿਲਾਂ ਉਹਨਾਂ ਨੇ ਸਪੀਚ ਦਿੱਤੀ ਸੀ ਮਹਾਰੈਲੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਪੁਲਿਸ ਸਾਡੇ ਡੰਡੇ ਮਾਰੇ ਅਸੀਂ ਹੱਥ ਨਹੀਂ ਚੁੱਕਣਾ ਜੇ ਕੋਈ ਨਾਲ ਦਾ ਚੱਕਦਾ ਵੀ ਤੁਹਾਨੂੰ ਰੋਕਣਾ ਆ ਤਾਂ ਅਸੀਂ ਸਫਲ ਹੋਵਾਂਗੇ ਅਗੇਨ ਇਹਦੀ ਤਾਜ਼ਾ ਸਥਿਤੀ ਕੀ ਹੈ ਕੀ ਚੀਜ਼ਾਂ ਉੱਭਰ ਕੇ ਬਾਹਰ ਆ ਰਹੀਆਂ ਉਸ ਤੋਂ ਬਾਅਦ ਦਰਸ਼ਕੋ ਆਪਾਂ ਗੱਲ ਕਰਦੇ ਹਾਂ ਕਿ ਦੋ ਚੁੱਪ ਕਹਿੰਦੇ ਹੁੰਦੇ ਨਾ ਇੱਕ ਚੁੱਪ ਅਤੇ ਬਹੁਤ ਸਾਰੇ ਸੁੱਖ ਪਰ ਹੁਣ ਦੋ ਚੁੱਪ ਆ ਉਹ 'ਤੇ ਬੜੀ ਹੈਰਾਨਗੀ ਹੋ ਰਹੀ ਹੈ ਇੱਕ ਭਗਵੰਤ ਮਾਨ ਦੀ ਚੁੱਪ ਅਤੇ ਦੂਸਰਾ ਨਵਜੋਤ ਸਿੰਘ ਸਿੱਧੂ ਦੀ ਚੁੱਪ ਇਹ ਕੀ ਇਸ਼ਾਰਾ ਦੇ ਰਹੀਆਂ ਕਿ 18 ਨੁਕਾਤੀ ਪ੍ਰੋਗਰਾਮ ਜਿਹੜੇ ਸਿਰੇ ਚੜ੍ਹ ਗਏ ਜਾਂ ਉਹਨਾਂ ਨੇ ਜਿਹੜੇ ਪ੍ਰਣ ਲਏ ਸੀ ਪੰਜਾਬ ਦੇ ਪੰਜਾਬ ਅਤੇ ਪੰਜਾਬੀਅਤ ਦੀ ਧਰਤੀ ਵਾਸਤੇ ਉਹ ਕੀ ਸਿਰੇ ਚੜ੍ਹ ਗਏ ਇਹਨਾਂ ਸਾਰੀਆਂ ਗੱਲਾਂ 'ਤੇ ਆਪਾਂ ਝਾਤ ਪਾਵਾਂਗੇ ਆਪਣੇ ਨਾਲ ਪੋਲੀਟੀਕਲ ਐਕਟੀਵਿਸਟ ਜਿਹੜੇ ਉੱਗੇ ਆਪਣੇ ਨਾਲ ਇੰਡੀਆ ਤੋਂ ਜੁੜ ਗਏ ਬੜੇ ਮਾਣਯੋਗ ਮਾਲਵਿੰਦਰ ਸਿੰਘ ਮਾਲੀ ਸਾਡੇ ਨਾਲ ਜੁੜ ਗਏ ਉਹਨਾਂ ਨਾਲ ਪਹਿਲਾਂ ਸਵਾਗਤ ਕਰਾਂਗੇ ਅਤੇ ਫਿਰ ਉਹਨਾਂ ਨੂੰ ਇੱਕ ਕੁਐਸਚਨ ਪੁੱਛਾਂਗੇ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਓਪਨ ਪਲੇਟਫਾਰਮ ਪ੍ਰੋਗਰਾਮ ਜਸ ਪੰਜਾਬੀ ਦੇ ਮੰਚ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਟੀਮ ਦਾ ਦਰਸ਼ਕਾਂ ਦਾ ਧੰਨਵਾਦ ਮਾਲੀ ਸਾਹਿਬ ਧੰਨਵਾਦ ਮਾਲੀ ਸਾਹਿਬ ਮੈਂ ਨਾ ਇੱਕ ਵਾਰੀ ਬਾਕੀ ਗੱਲਾਂ 'ਤੇ ਬਾਅਦ 'ਚ ਆਉਣਾ ਮੈਂ ਕਰਨਾਲ ਲੈ ਕੇ ਜਾਣਾ ਚਾਹੁੰਦਾ ਤੁਹਾਨੂੰ ਤੁਸੀਂ ਬੜੇ ਅੱਡ ਅੱਡ ਤਰ੍ਹਾਂ ਦੇ ਚੈਨਲ ਦੱਸ ਰਹੇ ਜੀ ਉਹਨਾਂ ਦੀ ਗ੍ਰਿਫਤਾਰੀ ਪੈ ਗਈ ਜੀ ਉੱਥੇ ਇਹ ਹੋ ਗਿਆ ਉਹ ਹੋ ਗਿਆ ਮੈਂ ਜਾਣਦਾ ਕਿ ਸਥਿਤੀ ਜਿਹੜੀ ਉਹ ਤਣਾਅਪੂਰਨ ਹੈ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਹੈ ਪ੍ਰਸ਼ਾਸਨ ਵੀ ਇਸ ਤੋਂ ਥੋੜ੍ਹਾ ਜਿਹਾ ਚਿੰਤਾ ਤੁਰ ਲੱਗਿਆ ਮੈਂ ਦੇਖਿਆ ਸੀਗਾ ਪਰ ਮੈਨੂੰ ਇਹ ਦੱਸੋ ਵੀ ਤਾਜ਼ਾ ਸਥਿਤੀ ਕੀ ਹੈ ਉੱਥੇ ਕੀ ਟਕਰਾਵ ਸਿੱਧਾ ਟਕਰਾਵ ਦੀ ਤਾਂ ਕੋਈ ਪ੍ਰੋਬਲਮ ਨਹੀਂ ਦੇਖਣ ਨੂੰ ਮਿਲੂਗੀ ਛੇਤੀ ਕਿਤੇ ਦੇਖੋ ਜਿੱਥੋਂ ਤੱਕ ਹਰਿਆਣਾ ਸਰਕਾਰ ਆ ਉਹਦੀਆਂ ਹਮੇਸ਼ਾ ਕੋਸ਼ਿਸ਼ਾਂ ਰਹੀਆਂ ਨੇ ਕਿ ਕਿਸਾਨ ਅੰਦੋਲਨ ਦਾ ਜਿਹੜਾ ਪ੍ਰਵਚਨ ਆ ਪੁਰਅਮਨ ਤੇ ਸ਼ਾਂਤੀਪੂਰਕ ਸੰਘਰਸ਼ ਦਾ ਉਹਨੂੰ ਲੀਹ ਤੋਂ ਲਾਇਆ ਜਾਵੇ ਜੀ ਜਦੋਂ ਕਿਸਾਨ ਦਿੱਲੀ ਜਾ ਰਹੇ ਸੀ ਉਦੋਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਵੀ ਕੋਸ਼ਿਸ਼ ਕੀਤੀ ਇੱਕ ਦੋ ਵਾਰ ਸੜਕ ਖਾਲੀ ਕਰਾਉਣ ਦੇ ਬਹਾਨੇ ਜਾਂ ਕਿਸੇ ਹੋਰ ਤਰ੍ਹਾਂ ਦੇ ਬਹਾਨੇ ਜਾਂ ਕੋਈ ਇੱਕ ਦੋ ਘਟਨਾਵਾਂ ਉੱਥੇ ਹੋ ਗਈਆਂ ਉਹਨਾਂ ਨੂੰ ਕਿਸਾਨਾਂ ਦੇ ਗਲ ਮੜ ਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹਰ ਕਿਸੇ ਇਹ ਨਹੀਂ ਕੀਤਾ ਜਾ ਸਕਦਾ ਸੋ ਕਰਨਾਲ ਦੇ ਵਿੱਚ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਨੇ ਉਹੀ ਕੋਸ਼ਿਸ਼ ਕੀਤੀ ਸੀ ਕਿ ਇਸ ਸੰਘਰਸ਼ ਨੂੰ ਟਕਰਾਅ ਦੇ ਰਸਤੇ ਪਾਇਆ ਜਾਵੇ ਪਰ ਸ਼ਲਾਘਾ ਕਰਨੀ ਬਣਦੀ ਆ ਉਹਨਾਂ ਕਿਸਾਨ ਆਗੂਆਂ ਦੀ ਜਿਹੜੇ ਆਪਣੇ ਪ੍ਰਵਚਨ ਤੇ ਪੂਰੀ ਤਰ੍ਹਾਂ ਡਟੇ ਹੋਏ ਨੇ ਈਵਨ ਚੜੂਨੀ ਸਾਹਿਬ ਕਦੇ ਕਦੇ ਥੋੜਾ ਜਿਹਾ ਗਰਮ ਖਿਆਲੀ ਬਿਆਨ ਦੇ ਜਾਂਦੇ ਨੇ ਉਹ ਸੁਭਾਅ ਦੇ ਵਜੋਂ ਪਰ ਜਦੋਂ ਮੋਰਚੇ ਦਾ
ਪਲੇਟਫਾਰਮ ਹੁੰਦਾ ਤਾਂ ਜਿੰਨੀ ਸੂਝ ਸਿਆਣਪ ਨਾਲ ਉਹਨਾਂ ਨੇ ਗੱਲਾਂ ਕਹੀਆਂ ਨੇ ਕਿ ਅਸੀਂ ਸਿਰ 'ਚ ਡਾਂਗਾ ਖਾਣ ਨੂੰ ਤਿਆਰ ਹਾਂ, ਅਸੀਂ ਹੱਥ ਨਹੀਂ ਚੁੱਕਾਂਗੇ। ਤੋ ਉਹੀ ਇਤਿਹਾਸ ਆ ਜਿਹੜਾ ਚਾਬੀਆਂ ਦਾ ਮੋਰਚਾ, ਮਤਲਬ ਜੇਤੋਂ ਦਾ ਮੋਰਚਾ, ਜੋ ਸਿੱਖ ਇਤਿਹਾਸ ਦੀਆਂ ਪਰੰਪਰਾਵਾਂ ਨੇ, ਜਬਰ ਦਾ ਟਾਕਰਾ ਸਬਰ ਨਾਲ ਕਰਨਾ, ਕਿਸਾਨ ਉਹਨੂੰ ਬੁਲੰਦ ਕਰ ਰਹੇ ਨੇ। ਤੇ ਇਹ ਕਹਿਣਾ ਉਹਨਾਂ ਦਾ ਜੇ ਇੱਕ ਵੀ ਲਾਠੀ ਅਸੀਂ ਮਾਰੀ ਤਾਂ ਅਸੀਂ ਹਾਰ ਗਏ, ਇੱਕ ਵੀ ਲਾਠੀ ਉਹਨਾਂ ਨੇ ਮਾਰੀ ਤਾਂ ਉਹ ਹਾਰ ਜਾਣਗੇ। ਸੋ ਇਹ ਪ੍ਰਵਚਨ ਨੂੰ ਮੁੜ ਕੇ ਪੱਕਾ ਕੀਤਾ ਉਹਨਾਂ ਨੇ, ਬਹੁਤ ਜ਼ੋਰ ਨਾਲ ਕੀਤਾ ਤੇ ਐਡੇ ਵੱਡੇ ਇਕੱਠ ਚ ਕੀਤਾ ਸੀ। 26 ਜਨਵਰੀ ਨੂੰ ਤਾਂ ਜਿਹੜੇ ਉਹ ਭੁਮੱਕੜ ਸੀ ਨਾ ਜੀ, ਉਹਨਾਂ ਦੇ ਤੁਸੀਂ ਦੇਖਿਆ ਹੋਣਾ ਕਿੰਨੀਆਂ ਬੋਲੀਆਂ ਕੀ ਬਦਲਦੀਆਂ ਸੀ, ਵੀ ਹੁਣ ਤਾਂ ਖਿੰਡ ਗਿਆ ਮੋਰਚਾ ਜੀ, ਨੌਜਵਾਨ ਮੁੜੇ ਆਏ ਜੀ, ਇਹ ਹੋ ਗਿਆ ਜੀ, ਸਾਰੇ ਪ੍ਰਵਚਨ ਉਹਨਾਂ ਨੇ ਫੇਲ ਕਰਤੇ। ਇਹ ਤਾਂ ਸਿੱਖਾਂ ਦਾ ਮੋਰਚਾ, ਇਹਦਾ ਪੰਜਾਬੀਆਂ ਦਾ, ਅੱਜ ਵੀ ਕਹੀ ਜਾਂਦਾ ਖੱਟੜ ਹਰਿਆਣਾ ਸਾਰਾ ਉੱਠਿਆ ਹੋਇਆ ਕਹਿੰਦਾ ਇਹਦਾ ਪੰਜਾਬੀ ਉਹਨੇ ਜਿਹੜੇ ਆ ਕੁਛ ਕਰ ਰਹੇ ਨੇ, ਹਰਿਆਣੇ ਦੇ ਵਿੱਚ ਤਾਂ ਕੋਈ ਅੰਦੋਲਨ ਹੈ ਨੀ। ਸੋ ਇਸ ਕਰਕੇ ਹਕੀਕਤ ਤੋਂ ਅੱਖਾਂ ਮੀਟ ਰਹੇ ਨੇ। ਕੰਧ ਤੇ ਲਿਖਿਆ ਜਿੰਨਾ ਛੇਤੀ ਪੜ੍ਹ ਲੈਣ, ਚੜੂਨੀ ਸਾਹਿਬ ਨੇ ਅੱਜ ਮੈਂ ਹੁਣੇ ਉਹਨਾਂ ਦੀ ਤਾਜ਼ਾ ਗੱਲ ਸੁਣੀ ਆ, ਕਹਿੰਦੇ ਹਰਿਆਣਾ ਸਰਕਾਰ ਦੀ ਆਦਤ ਆ ਇਹ 100 ਛਿੱਤਰ ਵੀ ਖਾਂਦੀ ਆ ਤੇ 100 ਗੰਢੇ ਵੀ ਖਾਂਦੀ ਆ, ਮੈਂ ਦੇਖੀ ਸੀ ਜੀ, ਇਹਨੂੰ ਮੰਨਣੀ ਪੈਣਗੀ ਆ। ਰਾਈਟ ਮਾਲੀ ਸਾਹਿਬ, ਮਾਲੀ ਸਾਹਿਬ ਇੱਥੇ ਨਾ ਖਦਸ਼ਾ ਹੁਣੀ ਹੁਣੀ ਮੇਰੇ 2-4 ਮੈਸੇਜਸ ਇੱਦਾਂ ਦੇ ਆਏ ਅਤੇ ਕਾਲ ਵੀ ਇੱਕ ਦੋ ਆਈਆਂ ਸੀਗੀਆਂ ਮਾਲੀ ਸਾਹਿਬ, ਕਿ ਕਿਤੇ ਇਹ ਇੱਕ ਉਹ ਪ੍ਰੋਪਗੰਡਾ ਤਾਂ ਨਹੀਂ ਕਿ ਸਾਰੇ ਕਿਸਾਨ ਜਿਹੜੀ ਲੀਡਰਸ਼ਿਪ ਆ ਕਰਨਾਲ ਇਕੱਠੀ ਕਰ ਲਿੱਤੀ ਜਾਵੇ, ਉੱਥੇ ਉਹਨਾਂ ਨੂੰ ਟੈਂਪਰੇਰੀ ਹਿਰਾਸਤ 'ਚ ਲੈ ਲਿਆ ਜਾਵੇ ਅਤੇ ਫਿਰ ਸਖਤੀ ਵਰਤ ਕੇ ਸਿੰਘੂ ਅਤੇ ਟਿੱਕਰੀ ਬਾਰਡਰ ਖਾਲੀ ਕਰਾ ਲਏ ਜਾਣ? ਨਹੀਂ ਦੇਖੋ, ਅਫਵਾਹਾਂ ਤਾਂ ਬਹੁਤ ਨੇ ਅਤੇ ਆਪਸ਼ਨਾਂ ਵੀ ਬਹੁਤ ਨੇ। ਹੁਣ ਸਰਕਾਰ ਇੱਕ ਆਪਸ਼ਨ ਲੈ ਕੇ ਇਹ ਵੀ ਚੱਲ ਰਹੀ ਹੈ ਵੀ ਪੰਜਾਬ 'ਚ ਰਾਸ਼ਟਰਪਤੀ ਰਾਜ ਲਾ ਦਿਓ, ਪਰ ਇਹਦਾ ਮਤਲਬ ਨਹੀਂ ਕਿ ਇਹ ਰਾਜ ਲੱਗੂ ਇਹ ਲੱਗੂ। ਪਰ ਜੇ ਉਹ ਆਪਸ਼ਨ ਖੁੱਲ੍ਹੀ ਰੱਖ ਕੇ ਚੱਲਦੇ ਨੇ ਤਾਂ ਲੋਕਾਂ ਨੂੰ ਵੀ ਉਸ ਆਪਸ਼ਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਉਹੋ ਜਿਹੇ ਹਾਲਾਤ ਨਹੀਂ ਵੰਡ ਦੇਣੇ ਚਾਹੀਦੇ, ਬਹਾਨਾ ਉਹਨਾਂ ਨੂੰ ਨਹੀਂ ਉਹੋ ਜਿਹਾ ਵੰਡ ਦੇਣਾ ਚਾਹੀਦਾ। ਸੋ ਜੇ ਤਾਂ ਦੇਖੋ ਉਹਨਾਂ ਨੇ ਗ੍ਰਿਫਤਾਰ ਕਰ ਲਏ ਕਿਸਾਨ, ਗ੍ਰਿਫਤਾਰ ਕਰਨ ਦਾ ਮਤਲਬ ਫਿਰ ਮੋਰਚੇ ਨੂੰ ਖੰਡਾਉਣਾ। ਜੇ ਉਹ ਗ੍ਰਿਫਤਾਰ ਨਹੀਂ ਕਰਦੇ ਫਿਰ ਚਾਹੇ ਉੱਥੇ ਟਿੱਕਰੀ 500 ਬੰਦਾ ਬੈਠਾ, ਚਾਹੇ 1000 ਬੰਦਾ ਬੈਠਾ, ਉਹਨਾਂ ਨੂੰ ਡਾਂਗਾ ਨਾਲ ਕੁੱਟ ਕੇ ਖਾਲੀ ਕਰਾਉਣਾ, ਇਹ ਅੱਜ ਦੀ ਹਾਲਤ 'ਚ ਸਿਆਸੀ ਤੌਰ 'ਤੇ ਕਿਸੇ ਤਰ੍ਹਾਂ ਦੀ ਵੀ ਸਿਆਣਪ ਨਹੀਂ। ਖਾਸ ਕਰਕੇ ਜਦੋਂ ਸੁਪਰੀਮ ਕੋਰਟ ਨੇ ਇੱਕ ਪਟੀਸ਼ਨ ਆ ਜਿਹੜੀ ਉਹ ਵਾਪਸ ਕਰਤੀ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਖਣਾਉਣ ਦਾ ਸਾਡਾ ਕੋਈ ਮਤਲਬ ਨਹੀਂ, ਤੁਸੀਂ ਆਪਦਾ ਹਾਈ ਕੋਰਟ 'ਚ ਜਾਓ, ਸੋਨੀਪਤ ਵਾਲਿਆਂ ਨੇ ਪਾਈ ਸੀ। ਦੂਜਾ ਜਿਹੜੀ ਕਮੇਟੀ ਬਣੀ ਸੀ ਉਹਦਾ ਇੱਕ ਮੈਂਬਰ ਕਹਿ ਰਿਹਾ ਜਿਹੜੀ ਅਸੀਂ ਰਿਪੋਰਟ ਤੁਹਾਨੂੰ ਦਿੱਤੀ ਸੀ ਉਹਨੂੰ ਜਨਤਕ ਕਰੋ। ਸੋ ਇਸ ਕਰਕੇ ਈਵਨ ਸੁਪਰੀਮ ਕੋਰਟ ਵੀ ਜਿਹੜੀ ਹੁਣ ਤੋਂ ਪਹਿਲਾਂ ਜੋ ਸਰਕਾਰ ਕਰਦੀ ਸੀ ਉਹਦੇ ਫੈਸਲਿਆਂ 'ਤੇ ਅੱਖਾਂ ਮੀਚ ਕੇ ਮੋਹਰ ਲਾਉਂਦੀ ਸੀ। ਲੋਕਾਂ ਦਾ ਦਬਾਅ, ਲੋਕਾਂ ਦੀ ਚੇਤਨਤਾ, ਲੋਕਾਂ ਦਾ ਉੱਠ ਖੜੇ ਹੋਣਾ ਉਹਨਾਂ ਨੂੰ ਵੀ ਜਗਾ ਰਿਹਾ। ਉਹ ਵੀ ਸਰਕਾਰ ਨੂੰ ਵਾਰ ਵਾਰ ਚੇਤਾਵਨੀਆਂ ਦੇ ਰਹੇ ਨੇ ਵੀ ਤੁਸੀਂ ਸਾਡੀ ਗੱਲਾਂ ਨਹੀਂ ਮੰਨਦੇ, ਤੁਸੀਂ ਟਕਰਾਅ 'ਚ ਪੈ ਰਹੇ ਹੋ। ਖਾਸ ਕਰਕੇ ਚੀਫ ਜਸਟਿਸ ਜਿਹੜੀਆਂ ਗੱਲਾਂ ਵਾਰ ਵਾਰ ਕਹਿ ਰਿਹਾ, ਉਹ ਲੋਕਾਂ ਦਾ ਜਿਹੜਾ ਉਭਰਿਆ ਹੋਇਆ ਰੌਵਾਂ ਉਹਦਾ ਹੁੰਗਾਰਾ ਕਹਿ ਲਓ, ਰਿਸਪੌਂਸ ਆ। ਸੋ ਇਸ ਅੰਦੋਲਨ ਨੂੰ ਜਬਰ ਨਾਲ ਦਬਾਉਣਾ, ਐ ਨਹੀਂ ਕਹਿ ਸਕਦੇ ਵੀ ਦਬਾ ਨਹੀਂ ਸਕਦੀ ਜਾਂ ਕੋਸ਼ਿਸ਼ ਨਹੀਂ ਕਰ ਸਕਦੀ, ਪਰ ਕਿਉਂਕਿ ਜਿਹੜੀਆਂ ਪੁਲਿਸ ਫੋਰਸਿਸ ਨੇ ਉਹ ਵੀ ਕਿਸਾਨਾਂ ਦੀ ਧੀ ਪੁੱਤ ਨੇ, ਉਹਨਾਂ ਦਾ ਮਨ ਵੀ ਉਸ ਤਰ੍ਹਾਂ ਦਾ ਨਹੀਂ ਹੈ। ਹੁਕਮ ਮੰਨਦੇ ਨੇ ਉਹ ਤਾਂ ਕਹਿੰਦੇ ਕਰਨਾਲ 'ਚ ਵੜਨ ਨਹੀਂ ਦੇਣਾ, ਫਿਰ ਕਹਿੰਦੇ ਮੰਡੀ ਤੋਂ ਬਾਹਰ ਨਹੀਂ ਜਾਣ ਦੇਣਾ, ਫਿਰ ਕਹਿੰਦੇ ਸੀ ਅਸੀਂ ਆਪਣਾ ਸਿਵਲ ਸਕੱਤਰੇ ਤਾਂ ਕਰਨਾਲ ਦਾ ਜਿਹੜਾ ਉੱਥੇ ਤੱਕ ਨਹੀਂ ਜਾਣ ਦੇਣਾ। ਸਾਰਾ ਕੁਛ ਹੋ ਗਿਆ ਨਾ ਜੀ, ਹੋ ਗਿਆ ਜੀ, ਹੋਇਆ ਲੋਕਾਂ ਦੀ ਤਾਕਤ ਕਰਕੇ ਆ, ਲੋਕਾਂ ਦੇ ਰੌਂ ਕਰਕੇ ਹੋਇਆ, ਉਹਨਾਂ ਦੇ ਪੁਰਅਮਨ ਸ਼ਾਂਤੀ ਪੂਰਵਕ ਸੰਘਰਸ਼ ਕਰਕੇ ਹੋਇਆ। ਤੇ ਜੇ ਉਹਨਾਂ ਤੇ ਗੋਲੀਆਂ ਵਰਾਉਣਗੇ ਜਾਂ ਇਹ ਕਰਨਗੇ, ਤੁਸੀਂ ਦੇਖ ਲਓ ਸਾਰੀ ਦੁਨੀਆਂ ਦੀ ਅੱਖ ਹੈ ਸੰਘਰਸ਼ ਤੇ। ਹੁਣ ਇਹ ਨਹੀਂ ਵੀ ਕਿਸੇ ਪਿੰਡ ਦਾ ਸੰਘਰਸ਼ ਆ, ਚਲੋ ਕੋਈ ਘਟਨਾ ਹੋ ਗਈ 5-4 ਮਾਰਤੇ, ਇਹ ਇੰਨੀ ਸੌਖੀ ਗੱਲ ਨਹੀਂ ਹੈ ਜੀ। ਇਹ ਮਲੀ ਸਾਹਿਬ ਤੁਸੀਂ ਨਾ, ਮੈਂ ਆਪਾਂ ਸੋਲੂਸ਼ਨ ਵੱਲ ਚੱਲਦੇ ਹਾਂ ਕਿ ਜਦੋਂ ਮੈਂ ਯੁਰਿੰਦਰ ਯਾਦਵ ਜੀ ਕਹਿ ਰਹੇ ਸੀ ਕਿ ਅਸੀਂ ਨਿਊਨਤਮ ਗੱਲ ਕੀਤੀ ਅਖੀਰ ਦੇ ਵਿੱਚ ਆ ਕੇ ਵੀ ਜੇ ਤੁਸੀਂ ਉਸ ਬੰਦੇ 'ਤੇ ਕਾਰਵਾਈ ਨਹੀਂ ਕਰਨੀ, ਉੱਤੇ ਕੇਸ ਨਹੀਂ ਪਾਉਣਾ, ਐਸ ਡੀ ਐਮ ਦੀ ਗੱਲ ਕਰ ਰਹੇ ਹਾਂ ਜਿਹਨੇ ਕਿਹਾ ਸਿਰ ਫੋੜ ਦਿਉ, ਜੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਿਊਨਤਮ ਗੱਲ ਅਖੀਰ 'ਚ, ਰਾਜੇਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਗੱਲ ਮੁਕਾਓ, ਉਸ ਬੰਦੇ ਨੂੰ ਸਸਪੈਂਡ ਕਰ ਦਿਉ, ਉਦੋਂ ਬਾਅਦ ਤੁਸੀਂ ਆਪਦੀ ਇਨਵੈਸਟੀਗੇਸ਼ਨ ਜਾਰੀ ਰੱਖਿਓ, ਕਾਰਵਾਈ ਕਰਦੇ ਕਰਦੇ ਨਹੀਂ, ਇੱਕ ਵਾਰ ਸਸਪੈਂਡ ਤਾਂ ਕਰ ਦਿਉ, ਇਹ ਤਾਂ ਨਿਊਨਤਮ ਗੱਲ ਹੋਈ ਨਾ। ਇਹਦੇ ਵਿੱਚ ਵੀ ਸਰਕਾਰ ਰਾਜੀ ਨਹੀਂ ਹੁੰਦੀ, ਇਹ ਤੋਂ ਮਨਸ਼ਾ ਤਾਂ ਹੋਰ ਜ਼ਾਹਰ ਹੁੰਦੀ ਹੈ ਕਿ ਨਹੀਂ ਹੁੰਦੀ? ਨਾ ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇਹ ਇਹ ਆਪਦੇ ਆਪ 'ਚ ਕੀ ਸਜ਼ਾ ਜੀ, ਸਸਪੈਂਡ ਹੋਣਾ ਕੋਈ ਸਜ਼ਾ ਨਹੀਂ ਹੁੰਦੀ। ਮੈਨੂੰ 10 ਮਹੀਨੇ ਗੈਰ ਹਾਜ਼ਰ ਰੱਖਿਆ, ਮੈਂ ਐਪਲੀਕੇਸ਼ਨਾਂ ਪਾਉਂਦਾ ਰਿਹਾ ਵੀ ਮੈਨੂੰ ਮੁਅੱਤਲ ਕਰੋ, ਮੈਨੂੰ ਮੁਅੱਤਲ ਨਹੀਂ ਕੀਤਾ। ਸਸਪੈਂਸ਼ਨ ਕੋਈ ਸਜ਼ਾ ਨਹੀਂ ਹੁੰਦੀ, ਇਹ ਜਾਂਚ ਕਰਨ, ਜਾਂਚ ਹੁਣ ਤੁਸੀਂ ਜਾਂਚ ਕਰਨ ਤੋਂ ਪਹਿਲੀ ਕਹੀ ਜਾਂਦੇ ਹੋ ਵੀ ਅਸਲ ਦੋਸ਼ੀ ਕਿਸਾਨ ਨੇ, ਉਹਨਾਂ ਦੋਸ਼ੀਆਂ ਤੇ ਅਸੀਂ ਤਾਂ ਕੇਸ ਕਿਉਂ ਵਾਪਸ ਲਈਏ।
ਅਸੀਂ ਕਿਉਂ ਉਹਨਾਂ ਨੂੰ ਕੰਪਨਸੇਸ਼ਨ ਦੇਈਏ। ਅਸਲ ਚ ਅੜੀ ਜਿਹੜਾ ਆਪਾਂ ਕਹਿੰਦੇ ਦੋਨੇ ਪਾਸੇ ਅੜੇ ਹੋਏ ਨੇ, ਇੱਕ ਅੜਦੇ ਨੇ ਇਨਸਾਫ ਲਈ, ਇੱਕ ਅੜਦੇ ਨੇ ਬੇਇਨਸਾਫੀ ਨੂੰ ਪੱਕਾ ਕਰਨ ਲਈ। ਸੋ ਜਿਹੜੀ ਕਾਂਗਰਸ ਦੀ ਜਿੱਦਾਂ ਸਰਕਾਰਾਂ ਕਦੇ ਨੀ ਜਿੱਦ ਕਰਦੀਆਂ ਹੁੰਦੀਆਂ, ਕੀ ਗੱਲ ਆ ਜੀ ਇੱਕ ਬੰਦੇ ਨੂੰ 25 ਲੱਖ ਮੁਆਵਜ਼ਾ ਦੇਣਾ, ਕੀ ਗੱਲ ਆ ਜੀ ਜ਼ਖਮੀ ਕਿਸਾਨਾਂ ਨੂੰ 50-50 ਹਜ਼ਾਰ ਲੱਖ ਰੁਪਇਆ ਇਲਾਜ ਦਾ ਦੇਣਾ। ਸੋ ਅਸਲ ਦੇ ਵਿੱਚ ਜਿੱਦ ਸਰਕਾਰ ਨੇ ਫੜੀ ਹੋਈ ਆ ਤੇ ਇਹਦੀ ਸਿਆਸੀ ਕੀਮਤ ਦੇਣੀ ਪਊ। ਤੇ ਇਹ ਸੰਭਾਵਨਾ ਵੀ ਉੱਭਰ ਰਹੀ ਆ ਕਿ JJP ਆ ਜਿਹੜੀ ਉਹ ਸਰਕਾਰ ਤੋਂ ਵਿਡਰਾ ਹੋ ਜੇ, ਕਿਉਂਕਿ ਜਿੰਨਾ ਕਿਸਾਨਾਂ ਦਾ ਰੌਂ ਉੱਭਰਿਆ ਆ ਤੇ ਇਹ ਐਂ ਨੀ ਵੀ ਸਾਲ ਨੇ, ਹਾਲੇ ਤਾਂ 3 ਸਾਲ ਚੋਣਾਂ 'ਚ ਪਏ ਨੇ। ਉਹ ਜਿਵੇਂ ਕਹਿੰਦੇ ਹੁੰਦੇ ਨਾ ਪੁੱਤਰ ਮੋਏ ਨਾ ਭੁੱਲਦੇ ਚਾਹੇ ਹੋ ਕੇ ਮਰਨ ਫਕੀਰ, ਇਹ ਜਿਹੜੀਆਂ ਜੱਟਾਂ ਦੇ ਜੇ ਡਾਂਗਾ ਮਾਰੋਗੇ, ਜੇ ਉਹਨਾਂ ਨੂੰ ਜਲੀਲ ਕਰੋਗੇ, ਜਿਵੇਂ ਸਤਪਾਲ ਮਲਿਕ ਨੇ ਵੀ ਕਿਹਾ ਸੀ ਵੀ ਇਹ ਵੈਰ ਤਾਂ 300 ਸਾਲ ਨੀ ਭੁੱਲਦੇ। ਸੋ ਇਸ ਕਰਕੇ ਬੜੀਆਂ ਸਿਆਸੀ ਸੰਭਾਵਨਾਵਾਂ ਹੋਰ ਤਰ੍ਹਾਂ ਦੀਆਂ ਪੈਦਾ ਹੋ ਰਹੀਆਂ ਨੇ। ਤੇ ਚੰਗੀ ਗੱਲ ਇਹ ਆ ਵੀ ਸਰਕਾਰ ਆ ਜਿਹੜੀ ਉਹ ਕੰਧ ਤੇ ਲਿਖਿਆ ਪੜ੍ਹੇ, ਲੋਕਾਂ ਦੇ ਅੰਦੋਲਨ ਨੂੰ ਪੀਸਫੁਲ ਅੰਦੋਲਨ ਨੂੰ ਐਂ ਨਹੀਂ ਦਵਾਇਆ ਜਾ ਸਕਦਾ। ਆਪਾਂ ਇਸ ਮੁੱਦੇ ਤੇ ਆਪਾਂ ਮਾਲੀ ਸਾਹਿਬ ਲਾਸਟ ਕੁਐਸਚਨ ਕਰਦੇ ਹਾਂ ਕਿਉਂਕਿ ਆਪਣੇ ਕੋਲ ਕੁਐਸਚਨ ਹੋਰ ਬਹੁਤ ਨੇ, ਹੋਰ ਮੁੱਦੇ ਬੜੇ ਵਿਚਾਰਨ ਵਾਲੇ ਪਏ। ਮਾਲੀ ਸਾਹਿਬ ਮੈਨੂੰ ਇਹ ਗੱਲ ਦੱਸੋ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਆ ਉਹ ਕਿਹੜੇ ਬੇਸ 'ਤੇ ਕਹਿ ਰਿਹਾ ਕਿ ਤੁਸੀਂ ਫਿਕਰ ਨਾ ਕਰੋ, 1-2 ਮਹੀਨੇ ਲੰਘਦੇ ਮੋਦੀ ਸਾਹਿਬ ਨੇ ਇਹੋ ਜਿਹਾ ਫੈਸਲਾ ਕਰਨਾ, ਅਸੀਂ 117 ਸੀਟਾਂ ਪੰਜਾਬ ਜਿੱਤਣੀਆਂ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਹੈ। ਉਹ ਕਿਹੜੀ ਗਿੱਦੜ ਸਿੰਘੀ ਉਹਨਾਂ ਦੇ ਹੱਥ ਆਈ ਹੈ ਜੀ? ਦੋ ਗਿੱਦੜ ਸਿੰਘੀਆਂ ਨੇ ਜੀ ਉਹਨਾਂ ਦੇ ਹੱਥ 'ਚ ਜੀ। ਪਹਿਲੀ ਗੱਲ ਤਾਂ ਇਹ ਆ ਸਾਰੀਆਂ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦੀ ਹਮਾਇਤ ਤਾਂ ਕਰਦੀਆਂ ਨੇ ਸਿਰਫ ਵੋਟਾਂ ਦੇ ਨਜ਼ਰੀਏ ਤੋਂ। ਜਿਹੜਾ ਕਿਸਾਨ ਅੰਦੋਲਨ ਦਾ ਫੈਸਲਾ ਇਹ ਸੰਵਿਧਾਨ ਦੀ ਉਲੰਘਣਾ, ਰਾਜਾਂ ਦੇ ਹੱਕਾਂ ਤੇ ਹਮਲਾ, ਫੈਡਰਲ ਢਾਂਚੇ ਤੇ ਹਮਲਾ, ਇਹ ਪੋਜੀਸ਼ਨ ਉਹ ਨਹੀਂ ਲੈਂਦੀਆਂ। ਵਿਚਾਰਕ ਤੇ ਸਿਆਸੀ ਤੌਰ ਤੇ ਉਹ ਇਹ ਪੋਜੀਸ਼ਨ ਤੇ ਖੜੀਆਂ ਨੇ ਕਿ ਮੋਦੀ ਨੂੰ ਕਾਨੂੰਨ ਬਣਾਉਣ ਦਾ ਹੱਕ ਆ, ਉਹਨੇ ਕੋਈ ਗੈਰ ਸੰਵਿਧਾਨਕ ਗੱਲ ਨੀ ਕੀਤੀ, ਕੋਈ ਰਾਜਾਂ ਤੇ ਹਮਲਾ ਨੀ ਕੀਤਾ। ਇਸ ਪੱਖੋਂ ਉਹਨਾਂ ਨੂੰ ਲੱਗਦਾ ਚਾਹੇ ਉਹਨਾਂ ਦੀ ਆਪਣੀ ਪਾਰਟੀ ਦੀ ਸਰਕਾਰ ਨਾ ਬਣੇ, ਉਹ ਇਸ ਗੱਲ ਤੇ ਲੱਗੇ ਹੋਏ ਨੇ ਕਿ ਸਾਡੀ ਜਿਹੜੀ ਰਾਸ਼ਟਰਵਾਦੀ ਸੋਚ ਆ ਉਹਦੇ ਆਧਾਰਿਤ ਸਿਆਸਤ ਦਾ ਬੋਲਬਾਲਾ ਹੋਵੇ, ਕਿਸਾਨ ਅੰਦੋਲਨ ਦੀ ਜਿਹੜੀ ਸਿਆਸਤ ਆ ਉਹਦਾ ਦਖਲ ਨਾ ਹੋਵੇ, ਜਿਹੜੀ ਭਾਈਚਾਰਿਆਂ ਦੀ ਏਕਤਾ ਆਪਸ ਦੇ ਵਿੱਚ ਜਵਾਬਦੇਹੀ ਦਾ ਸਵਾਲ ਜੋ ਕਿਸਾਨ ਅੰਦੋਲਨ ਨੇ ਦਿਸਦੇ ਸਿਰਜੇ ਨੇ। ਇਸ ਕਰਕੇ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਕਿ 117 ਬੰਦਿਆਂ ਨੀ ਮਿਲ ਲੈਣੀ ਉਹਨਾਂ ਨੂੰ। ਅੱਧੀ ਭਾਰਤੀ ਜਨਤਾ ਪਾਰਟੀ ਤਾਂ ਗੰਗਾ ਇਸ਼ਨਾਨ ਕਰਕੇ ਸੁਖਬੀਰ ਬਾਦਲ ਦੇ ਦਲ ਦੇ ਵਿੱਚ ਸ਼ਾਮਿਲ ਹੋਈ ਜਾਂਦੀ ਹੈ ਤੇ ਲੈਣ ਲੱਗੀ ਹੋਈ ਹੈ। ਇਸ ਕਰਕੇ ਕਿਉਂਕਿ ਸੁਖਬੀਰ ਬਾਦਲ ਨੇ ਜਿਹੜਾ ਹੁੰਗਾਰਾ ਦਿੱਤਾ, ਜਿਵੇਂ ਉਹ ਜੰਮੂ ਕਸ਼ਮੀਰ ਬਾਰੇ ਬੋਲੇ ਨੇ, ਉਹਨੇ ਵਿਚਾਰਕ ਤੌਰ ਤੇ ਪੀੜਾ ਰਿਸ਼ਤਾ ਪੱਕਾ ਕਰ ਲਿਆ ਮੋਦੀ ਦੇ ਰਾਸ਼ਟਰਵਾਦ ਦੇ ਨਾਲ। ਹੁਣ ਤਾਂ ਰਿਸ਼ਤਾ ਇਹ ਆ ਤੈਨੂੰ ਤਾਪ ਚੜੇ ਮੈਂ ਹੁੰਗਾ ਵਾਲੀ ਗੱਲ ਬਣੀ ਹੋਈ ਆ। ਇਸ ਪੱਖੋਂ ਭਾਰਤੀ ਜਨਤਾ ਪਾਰਟੀ ਦੇ ਦੋਵੇਂ ਹੱਥੀ ਲੱਡੂ ਨੇ, ਉਹ ਦਾਅਵੇ ਕਰ ਸਕਦੇ ਨੇ, ਦਾਅਵਿਆਂ ਦਾ ਤਾਂ ਕੀ ਕਹਿ ਸਕਦੇ ਆ। ਜੀ 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 ਉਹ ਮਾਲੀ ਸਾਹਿਬ ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਪਹਿਲੀ ਬ੍ਰੇਕ ਲਈ, ਬਹੁਤ ਸੋਹਣਾ ਇਲੈਬਰੇਟ ਕਰ ਰਹੇ, ਥੋੜ੍ਹਾ ਜਿਹਾ ਇਸ ਚੀਜ਼ 'ਚ ਝਾਤ ਪਾ ਕੇ ਆਪਾਂ ਹੋਰ ਮੁੱਦੇ ਵੱਲ ਚੱਲਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ, ਸੀਨੀਅਰ ਐਕਟਿਵਿਸਟ ਨੇ, ਬਹੁਤ ਵਧੀਆ ਕਲੈਰੀਫਿਕੇਸ਼ਨ ਇੱਥੇ ਦੇ ਰਹੇ ਨੇ, ਜੋ ਸਿਚੁਏਸ਼ਨ ਕਰਨਾਲ 'ਚ ਬਣੀ ਉਹਦਾ ਵੀ ਦਿੱਤਾ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ, ਤੁਹਾਡੇ ਰੂਬਰੂ ਹੁਣ ਟਿਊਜ਼ਡੇ, ਵੈਨਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ, ਕਾਫੀ ਹੱਦ ਤੱਕ ਬਿਜ਼ਨਸ ਖੁੱਲ੍ਹ ਗਏ ਨੇ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬਿਜ਼ਨਸ 'ਚ ਵਾਧਾ ਹੋਵੇ, ਸਾਨੂੰ ਜ਼ਰੂਰ ਕੰਟੈਕਟ ਕਰੋ, info@justbroadcasting.com ਜਾਂ ਫਿਰ 209-400-5333 ਵਾਰ 'ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਆਪਣੇ ਨਾਲ ਬਣੇ ਹੋਏ ਨੇ ਮਾਣਯੋਗ ਮਾਲਵਿੰਦਰ ਸਿੰਘ ਮਾਲੀ। ਮਾਲੀ ਸਾਹਿਬ, ਤੁਸੀਂ ਤੈਨੂੰ ਤਾਪ ਚੜੇ ਮੈਂ ਹੋਊਂਗਾ, ਮੈਨੂੰ ਇੱਕ ਨਾ ਕੈਲਕੂਲੇਸ਼ਨ ਮੇਰੇ ਦਿਮਾਗ 'ਚ ਆਈ, ਉਹ ਇਹ ਆਈ ਕਿ ਮੰਨ ਲਓ ਸ਼੍ਰੋਮਣੀ ਅਕਾਲੀ ਦਲ, ਮੈਂ ਬਾਦਲ ਅਕਾਲੀ ਦਲ ਦੀ ਗੱਲ ਕਰ ਰਿਹਾ, 59 ਸੀਟਾਂ ਚਾਹੀਦੀਆਂ ਹੋਣੀਆਂ ਨੇ ਸਰਕਾਰ ਬਣਾਉਣ ਨੂੰ, ਐਮ ਆਈ ਕਰੈਕਟ? 50 ਸੀਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੱਤ ਜਾਂਦਾ, 7 BSP ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ ਜਿੱਤ ਜਾਂਦੇ, ਕਿਸੇ ਨਾ ਕਿਸੇ ਤਰ੍ਹਾਂ 2 ਸੀਟਾਂ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਹੈ, ਜੇ ਮੈਂ ਕੈਲਕੂਲੇਸ਼ਨ ਸਹੀ ਕਰ ਰਿਹਾ ਤਾਂ। ਉਹ 2 ਬੰਦੇ ਤਾਂ ਇਹਨਾਂ ਨੇ ਝੱਟ ਮੰਤਰੀ ਬਣਾ ਦੇਣੇ, ਫਿਰ ਗਲਵਕੜੀਆਂ ਪੈ ਜਾਣੀਆਂ, ਇਹ ਤਾਂ ਇਹ ਤਾਂ ਕੋਈ ਵੱਡੀ ਗੱਲ ਨਹੀਂ, ਇਹ ਪੋਸੀਬਿਲਿਟੀ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਟਾਈਮ 'ਚ? ਨਹੀਂ, ਅੱਜ ਦੀ ਹਾਲਤ ਦੇ ਵਿੱਚ ਇਹ ਅੰਦਾਜ਼ਾ ਲਾਉਣਾ ਕਿ ਵਿਧਾਨ ਸਭਾ ਦੀ ਚੋਣ ਦੇ ਵਿੱਚ ਪਰਸੈਪਸ਼ਨ ਕੀ ਬਣਦੀਆਂ ਨੇ, ਲੋਕ ਕਿੱਧਰ ਨੂੰ ਕਿਵੇਂ ਉਲਟਦੇ ਨੇ, ਇਹ ਹੈ ਤਾਂ ਵੈਸੇ ਮੁਸ਼ਕਲ, ਪਰ ਇੱਕ ਗੱਲ ਪੱਕੀ ਆ, ਜਦੋਂ ਕੋਈ ਪਾਰਟੀ ਕਾਫੀ ਗਿਣਤੀ ਲੈ ਜੇ ਸੀਟਾਂ ਦੀ, ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਆਵੇ, ਤੇ ਫਿਰ ਉਹਦੀ ਕੇਂਦਰ ਸਰਕਾਰ ਨਾਲ ਹੋਵੇ ਪੂਰੀ ਯਾਰੀ, ਤੇ ਇਸ ਹਾਲਤ ਦੇ ਵਿੱਚ ਫਿਰ ਸਰਕਾਰ ਬਣਾਉਣੀ ਕੋਈ ਮੁਸ਼ਕਲ ਨਹੀਂ ਹੁੰਦੀ। ਤੁਸੀਂ ਦੇਖੀ ਆ
ਹੁਣ ਵੀ ਬਹੁਤ ਜਨ ਸਮਾਜ ਪਾਰਟੀ ਬਾਰੇ ਤਾਂ ਇਹੀ ਪ੍ਰਚਾਰ ਆ ਕਿ ਸੁਖਵੀਰ ਸਿੰਘ ਬਾਦਲ ਨੇ ਉਹ ਜੇਬ ਚ ਪਾ ਲਈ ਪਾਰਟੀ ਸੋ ਇਸ ਕਰਕੇ ਜਿਵੇਂ ਸੀਟਾਂ ਦੀ ਅਦਲਾ ਬਦਲੀ ਹੋਈ ਆ ਜਿਵੇਂ ਸੀਟਾਂ ਦੀ ਵੰਡ ਹੋਈ ਆ ਉਹ ਚ ਕਿਤੇ ਬਹੁਤ ਜਨ ਸਮਾਜ ਪਾਰਟੀ ਵਿਖਾਈ ਨਹੀਂ ਦਿੰਦੀ ਮੰਨ ਲਓ ਪੰਜ ਚਾਰ ਆਜ਼ਾਦ ਜਿੱਤ ਜਾਂਦੇ ਨੇ ਹੁਣ ਹਰਿਆਣੇ ਚ ਵੀ ਸਰਕਾਰ ਉਹਨਾਂ ਨੇ ਬਣਾਈ ਆ ਜੀ ਤੁਸੀਂ ਦੇਖੋ ਮੋਦੀ ਸਰਕਾਰ ਦੀ ਐਡੀ ਵੱਡੀ ਵੇਵ ਸੀ ਜਦੋਂ ਚਿਹਰਿਆਂ ਦੀ ਰਾਜਨੀਤੀ ਆ ਗਈ ਹਾਂਜੀ ਕੇਜਰੀਵਾਲ ਚਾਹੁੰਦਾ ਹੈ ਪੰਜਾਬ ਤੇਰੀ ਸਰਕਾਰ ਸਾਰਾ ਪੰਜਾਬ ਤੇਰੇ ਨਾਲ ਚਾਹੁੰਦਾ ਹੈ ਕੈਪਟਨ ਦੀ ਸਰਕਾਰ ਜਦੋਂ ਚਿਹਰਿਆਂ ਦੀ ਗੱਲ ਆ ਗਈ ਤਾਂ ਲੋਕਾਂ ਨੇ ਇੱਕ ਚਿਹਰਾ ਚੁਣ ਲਿਆ ਇਹੀ ਤਾਂ ਸਾਡਾ ਦੁਖਾਂਤ ਆ ਅਸੀਂ ਬੰਦਿਆਂ ਦੇ ਬੰਦੇ ਤੇ ਬੰਦਿਆਂ ਦੇ ਵਿਰੋਧੀ ਵਾਲੇ ਗਧੀ ਗੇੜ 'ਚ ਫਸੇ ਹੋਏ ਹਾਂ ਵਿਚਾਰ ਨਾਲ ਨਹੀਂ ਜੁੜਦੇ ਸਿਆਸਤ ਨਾਲ ਨਹੀਂ ਜੁੜਦੇ ਸਿਆਸੀ ਮੁੱਦਿਆਂ ਨਾਲ ਨਹੀਂ ਜੁੜਦੇ ਸੋ ਹਾਲਤ ਜਿਹੜੀ ਕੋਈ ਉਸ ਪੱਖੋਂ ਬਾਹਲੀ ਵਧੀਆ ਨਹੀਂ ਖਾਸ ਕਰਕੇ ਜੋ ਕਿਸਾਨ ਅੰਦੋਲਨ ਨੇ ਮਾਹੌਲ ਸਿਰਜਿਆ ਜੋ ਵਰਤਾਂਤ ਸਿਰਜਿਆ ਸਾਰੀਆਂ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ ਕਿ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਜਵਾਬਦੇਹੀ ਦੀ ਸਿਆਸਤ ਪਾਰਦਰਸ਼ਤਾ ਦੀ ਸਿਆਸਤ ਜਾਂ ਇਹ ਗੱਲ ਕਹਿਣੀ ਕਿ ਰਾਜਾਂ ਦੇ ਆਪਦੇ ਅਧਿਕਾਰ ਹੁੰਦੇ ਨੇ ਖੇਤੀ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਇਹ ਗੱਲਾਂ ਪੰਜਾਬ ਦੀ ਸਿਆਸਤ ਦਾਖਲ ਨਾ ਹੋਣ ਇਹ ਤੇ ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਬੰਦੇ ਬਦਲੀ ਇੱਕ ਦੂਜੇ ਨਾਲ ਬੰਦੇ ਬਦਲਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਹੁਣ ਤਾਂ ਅਖੀਰ ਦੇ ਦਿਨਾਂ 'ਚ ਤਾਂ ਬਹੁਤ ਕੁਛ ਹੁੰਦਾ ਆ ਮਾਲੀ ਸਾਹਿਬ ਹਾਲੇ ਤਾਂ ਪਏ ਆ 3-4 ਮਹੀਨੇ ਮਾਲੀ ਸਾਹਿਬ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰ ਲਈ ਸਭ ਕੁਛ ਕਰ ਲਿਆ ਹੁਣ ਤੁਸੀਂ ਆਪਦਾ ਖਦਸ਼ਾ ਇੱਕ ਜਿਹੜਾ ਇੱਥੇ ਲੋਕਾਂ ਦਾ ਉਹ ਕਲੀਅਰ ਕਰੋ ਤੁਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਤੁਹਾਨੂੰ ਆਪਦਾ ਐਡਵਾਈਜ਼ਰ ਲਿਆ ਸੀ ਕੋਈ ਬਕਾਇਦਾ ਪੇਪਰ ਜਾਰੀ ਤਾਂ ਨਹੀਂ ਹੋਇਆ ਸੀਗਾ ਪਰ ਜਿਹੜੇ ਖਦਸ਼ੇ ਆ ਕਿ ਤੁਸੀਂ ਆਪਦੇ ਆਪ ਨੂੰ ਵਿਦਡਰਾਅ ਕਰ ਲਿਆ ਉੱਥੋਂ ਕੀ ਕਾਰਨ ਸੀ ਪੂਰੀ ਜਿਹੜੀ ਘਟਨਾਕ੍ਰਮ ਹੋਇਆ ਉਹਦੇ ਉੱਤੇ ਤੁਸੀਂ ਆਪਦੀ ਜਵਾਨ ਆ ਕਿਉਂਕਿ ਮੈਂ ਜੇ ਵਿੱਚੋਂ ਵਿੱਚੋਂ ਕੁਸ਼ਚਨ ਪੁੱਛੂੰਗਾ ਉਹ ਪੂਰੀ ਜਿਹੜੀ ਪਿਕਚਰ ਉਹ ਕਲੀਅਰ ਸਾਹਮਣੇ ਨਹੀਂ ਆਉਣੀ ਤੁਸੀਂ ਆਪਦੇ ਹਿਸਾਬ ਨਾਲ ਛੇਤੀ ਥੋੜ੍ਹੇ ਵਰਡਾਂ 'ਚ ਦੱਸੋ ਵੀ ਗੱਲ ਕੀ ਹੋਈ ਸੀ ਕਿ ਤੁਸੀਂ ਪਿੱਛੇ ਕਿਉਂ ਹਟੇ ਜਿੱਥੋਂ ਤੱਕ ਆ ਨਵਜੋਤ ਸਿੰਘ ਸਿੱਧੂ ਨਾਲ ਜੁੜਨ ਦੀ ਗੱਲ ਉਹ ਤਾਂ ਮੈਂ ਕਰਤਾਰਪੁਰ ਲਾਂਘੇ ਵੇਲੇ ਵੀ ਉਹਦੀ ਹਮਾਇਤ ਕੀਤੀ ਆ ਜਦੋਂ ਉਹਨਾਂ ਨੇ ਕਿਹਾ ਮਾਫੀਆ ਖਤਮ ਤਾਂ ਹੋਵੇ ਨੀਤੀ 'ਚੋਂ ਪੈਦਾ ਹੁੰਦਾ ਨੀਤੀ ਬਦਲੋ ਕਾਰਪੋਰੇਸ਼ਨਾਂ ਬਦਲੋ ਜਿੱਥੇ ਤੱਕ ਸਲਾਹਕਾਰ ਲੱਗਣ ਦੀ ਆ ਮੈਨੂੰ ਕਈ ਆਪਸ਼ਨਾਂ ਉਹਨਾਂ ਨੇ ਦਿੱਤੀਆਂ ਜੀ ਨੰਬਰ 1 ਨੰਬਰ 2 ਨੰਬਰ 3 ਨੰਬਰ 4 ਮੈਂ ਕਿਹਾ ਇਹ ਸੰਭਵ ਨਹੀਂ ਹੈ ਇਸ ਕਰਕੇ ਅਸੀਂ ਤੇਰੀ ਹਮਾਇਤ ਕਰੇ ਰਹਿਆਂ ਪਹਿਲਾਂ ਉਹ ਕਹਿੰਦੇ ਨਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਆਪਦੇ ਪੰਜਾਬ ਦੇ ਏਜੰਡੇ ਲਈ ਜੋ ਮੈਂ ਸੋਚਦਾ ਜੋ ਤੁਸੀਂ ਤੇ ਗਰਗ ਸਾਹਿਬ ਬੋਲਦੇ ਹੋ ਮੈਂ ਤੁਹਾਤੋਂ ਸੇਧ ਲੈਣਾ ਚਾਹੁੰਦਾ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਆਹ ਬੰਦੇ ਨੇ ਜਿਹੜੇ ਪੰਜਾਬ ਦੇ ਮਸਲੇ 'ਚ ਮੇਰੀ ਸਿਆਸਤ ਤੋਂ ਸਾਰਨ ਲਈ ਮੈਂ ਇਹਨਾਂ ਤੋਂ ਸਲਾਹ ਲਵਾਂਗਾ ਮੈਂ ਕਿਹਾ ਇਹ ਤੁਸੀਂ ਕਰ ਸਕਦੇ ਹੋ ਇਹੀ ਮੈਂ ਸਹਿਮਤੀ ਜ਼ਾਹਰ ਕੀਤੀ ਬਹੁਤ ਕਲੀਅਰ ਸੀ ਵੀ ਨਾ ਮੈਂ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਇਆ ਨਾ ਮੈਂ ਕਾਂਗਰਸ ਦਾ ਬੁਲਾਰਾ ਨਾ ਮੈਂ ਸਿੱਧੂ ਸਾਹਿਬ ਦਾ ਬੁਲਾਰਾ ਅੰਗਰੇਜ਼ੀ 'ਚ ਜਿਹੜੀ ਚਿੱਠੀ ਹੋਈ ਉਹਦੇ ਵਿੱਚ ਥੋੜੀ ਜਿਹੀ ਅਸਪਸ਼ਟਤਾ ਸੀ ਉਹ ਜਿਵੇਂ ਸਲਾਹਕਾਰ ਕਰਦੇ ਹੁੰਦੇ ਨੇ ਉਸ ਤਰ੍ਹਾਂ ਦੀ ਚਿੱਠੀ ਸੀ ਪੰਜਾਬੀ ਵਾਲੀ ਬਹੁਤ ਕਲੀਅਰ ਸੀ ਕਿ ਮੈਂ ਇਹਨਾਂ ਦੀ ਵਿਦਵਤਾ ਭਰਪੂਰ ਸਲਾਹ ਲਵਾਂਗਾ ਉਸ ਤੋਂ ਬਾਅਦ ਨਿਯੁਕਤ ਕਰਨ ਤੋਂ ਬਾਅਦ ਕਿੰਨੀਆਂ ਇੰਟਰਵਿਊਆਂ ਹੋਈਆਂ ਨੇ ਵੀ ਤੁਸੀਂ ਕਿਹੋ ਜਿਹੇ ਸਲਾਹਕਾਰ ਹੋ ਬਹੁਤ ਸਪਸ਼ਟ ਕੀਤਾ ਸੀ ਸਾਡੇ ਵਿਚਾਰਾਂ ਤੇ ਰੋਕ ਨਹੀਂ ਤੇ ਮੈਨੂੰ ਇੱਕ ਨੇ ਸਵਾਲ ਪੁੱਛਿਆ ਜੇ ਸਿੱਧੂ ਇਸ ਏਜੰਡੇ ਤੇ ਨਾ ਖੜਿਆ ਮੈਂ ਕਿਹਾ ਸਭ ਤੋਂ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਹੋਊ ਜਿਹੜਾ ਉਹਦੀ ਆਲੋਚਨਾ ਕਰੂ ਜਿਹੇ ਜਿਹੇ ਸਲਾਹਕਾਰ ਹੁੰਦੇ ਨੇ ਉਹ ਇਹਨਾਂ ਦੀਆਂ ਗੱਲਾਂ ਥੋੜੋ ਕਰਦੇ ਹੁੰਦੇ ਨੇ ਜੀ ਸੋ ਇਸ ਕਰਕੇ ਪਹਿਲਾਂ ਇਹਨਾਂ ਨੇ ਸਿੱਧੂ ਨੂੰ ਕਾਰਗੁਜ਼ਾਰੀ ਆ ਜਿਹੜੀ ਕੈਪਟਨ ਦੀ ਉਹਦੇ ਗਲ ਮੜ ਕੇ ਲਪੇਟਣਾ ਚਾਹਿਆ ਨਵੀਂ ਸਰਕਾਰ ਬਣਦੀ ਆ ਤੁਸੀਂ ਉਹਨੂੰ ਵੀ 6 ਮਹੀਨੇ ਦਾ ਹਨੀਮੂਨ ਟਾਈਮ ਦਿੰਦੇ ਹੋ ਉਹ ਪਾਰਟੀ ਪ੍ਰਧਾਨ ਬਣਿਆ ਪਾਰਟੀ ਪ੍ਰਧਾਨ ਬਣ ਕੇ ਉਹ ਸਰਕਾਰ ਤੇ ਦਬਾਅ ਪਾ ਰਿਹਾ ਕਿ ਵਾਅਦੇ ਆ ਉਹਨਾਂ ਨੂੰ ਪਗਾਓ ਪੂਰੇ ਕਰੋ ਜਦੋਂ ਉਹ ਚੋਂ ਨਿਕਲ ਗਏ ਫਿਰ ਉਹਨਾਂ ਨੇ ਸਲਾਹਕਾਰਾਂ ਨੂੰ ਮਤਲਬ ਲਵੇਟ ਕੇ ਵੀ ਉਹਦੇ ਆਸਰੇ ਸਿੱਧੂ ਨੂੰ ਲਵੇਟਿਆ ਜਾਵੇ ਚਲੋ ਗੱਲਾਂ ਕਿੰਨੀਆਂ ਤੋੜੀਆਂ ਕਿੰਨੀਆਂ ਮਰੋੜੀਆਂ ਹੁਣ ਅਫਗਾਨਿਸਤਾਨ ਵਾਲੀ ਗੱਲ ਆ ਜੀ ਮੈਂ ਸਿਰਫ ਇਹ ਕਿਹਾ ਸੀ ਛੋਟਾ ਮੂੰਹ ਵੱਡੀ ਗੱਲ ਮੈਨੂੰ ਲੱਗਦਾ ਤਾਲਿਬਾਨ ਦਾ ਰਵੱਈਆ ਇਸ ਵਾਰ ਪਹਿਲਾਂ ਵਰਗਾ ਨਹੀਂ ਹੋਵੇਗਾ ਉਹ ਰਾਜ ਕਰਨਗੇ ਉਹ ਜਿਹੜਾ ਪਹਿਲਾਂ ਸੀ ਦੁਨੀਆ 'ਚ ਜਹਾਦ ਫੈਲਾਉਣ ਦਾ ਉਹ ਤੋਂ ਪਿੱਛੇ ਮੁੜੇ ਨੇ ਜੋ ਮੈਨੂੰ ਜਾਣਕਾਰੀ ਸੀ ਚੀਨ ਨਾਲ ਕੀ ਹੋਇਆ ਰਸ਼ੀਆ ਨਾਲ ਕੀ ਹੋਇਆ ਪਾਕਿਸਤਾਨ ਨਾਲ ਕੀ ਹੋਇਆ ਇਹਦੇ ਨਾਲ ਦੱਖਣੀ ਏਸ਼ੀਆ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਵਧੀਆ ਮੌਕੇ ਪੈਦਾ ਹੋਣਗੇ ਇਹ ਤਾਲਿਬਾਨਾਂ ਦਾ ਇਹਨੇ ਵਕਾਲਤ ਕਰਤੀ ਜੀ ਆਏ ਕਰਤੀ ਜੀ ਹੁਣ ਮੇਰਾ ਜਾਇਜ਼ਾ ਸਹੀ ਸਿੱਧ ਹੋ ਰਿਹਾ ਤੁਸੀਂ ਦੇਖ ਲਓ ਜੀ ਉਹੀ ਭਾਰਤ ਉਹਨਾਂ ਨਾਲ ਗੱਲਾਂ ਕਰ ਰਿਹਾ ਉਹੀ ਉਹ ਸਾਰਾ ਕੁਛ ਕਰ ਰਿਹਾ ਮੈਂ ਨਹੀਂ ਕਹਿੰਦਾ ਬਿਲਕੁਲ ਮੈਂ ਉਹਨਾਂ ਦਾ ਹਮਾਇਤੀ ਹਾਂ ਪਏ ਕਹਿੰਦਾ ਉਹ ਡਾਕੂ ਨੇ ਉਹ ਚੋਰ ਨੇ ਉਹਨਾਂ ਨੇ ਆਪਦਾ ਮੁਲਕ ਇੱਕ ਸਾਮਰਾਜ ਤੋਂ ਆਜ਼ਾਦ ਕਰਾ ਲਿਆ ਜੀ
ਉੱਥੋਂ ਦੇ ਲੋਕ ਫੈਸਲਾ ਕਰ ਲੈਣਗੇ ਜੇ ਵੋਟਾਂ ਦੀ ਰਾਜਨੀਤੀ ਹੋਊ ਉਹਨਾਂ ਨੇ ਉਹਨਾਂ ਨੂੰ ਬਦਲਣਾ ਰੱਖਣਾ ਕੀ ਕਰਨਾ ਇੰਨੀ ਕੁ ਗੱਲ ਸੀ ਜੰਮੂ ਕਸ਼ਮੀਰ ਬਾਰੇ ਕੀ ਸੀ ਮੈਂ ਕਿਹਾ ਸੀ ਕਸ਼ਮੀਰ ਕਸ਼ਮੀਰੀਆਂ ਦਾ ਉਹ ਚਲੋ ਉਹ ਹੇਠਾਂ ਮੈਂ ਦਿੱਤਾ ਵੀ ਕਸ਼ਮੀਰ ਦੂਜੇ ਸੂਬਿਆਂ ਵਾਂਗੂ ਭਾਰਤ 'ਚ ਮਰਜ ਨਹੀਂ ਹੋਇਆ ਇਹਦਾ ਇਲਹਾਕ ਹੋਇਆ ਸ਼ਰਤਾਂ ਨਾਲ ਹੋਇਆ ਉਹ ਸ਼ਰਤਾਂ ਨੇ ਜਿਹੜੀਆਂ ਸੰਵਿਧਾਨ 'ਚ ਦਰਜ ਕੀਤੀਆਂ ਹੋਈਆਂ ਨੇ ਜਿਵੇਂ ਤਿੰਨੇ ਖੇਤੀ ਕਾਨੂੰਨ ਉਲੰਘਣਾ ਸੰਵਿਧਾਨ ਦੀ ਜੰਮੂ ਕਸ਼ਮੀਰ 'ਚ ਧਾਰਾ 370 ਤੋੜਨਾ 35A ਤੋੜਨਾ ਇਹ ਉਦੋਂ ਵੀ ਕਿਤੇ ਵੱਡੀ ਉਲੰਘਣਾ ਸੰਵਿਧਾਨ ਦੀ ਤੇ ਇਹਨੇ ਦੁਨੀਆਂ ਦੀ ਨਜ਼ਰਾਂ 'ਚ ਸਾਡਾ ਪਹਿਲਾਂ ਤਾਂ ਅਸੀਂ ਇਹ ਕਹਿੰਦੇ ਸੀ ਕਸ਼ਮੀਰ ਸਾਡਾ ਹਿੱਸਾ ਸ਼ਰਤਾਂ ਨਾਲ ਆ ਪਾਕਿਸਤਾਨ ਨੇ ਉਹ ਦੱਬਿਆ ਹੋਇਆ ਜਦੋਂ ਰਾਜੇ ਨੇ ਸਮਝੌਤਾ ਕੀਤਾ ਸੀ ਸਾਰਾ ਕਸ਼ਮੀਰ ਸਾਡੇ ਕੋਲੇ ਆਉਣਾ ਸੀ ਚਲੋ UNO 'ਚ ਗਿਆ ਸਾਰਾ ਮਸਲਾ ਹੋਇਆ ਵੀ ਤੁਹਾਡੇ ਫੈਸਲੇ ਨੇ ਸਾਨੂੰ ਪਾਕਿਸਤਾਨ ਵਾਲੀ ਪੋਜੀਸ਼ਨ 'ਚ ਖੜਾ ਕਰਤਾ ਹੁਣ ਕਾਨੂੰਨੀ ਤੌਰ ਤੇ ਵਾਜਬਿਤ ਤੁਸੀਂ ਉਹਨੂੰ ਖੁੱਲੀ ਜੇਲ੍ਹ ਬਦਲਤਾ ਉਹਦੇ ਵਿੱਚ ਜੀ ਉਹ ਅੱਡ ਦੇਸ਼ ਆਦੀ ਕਬਜ਼ਾ ਕੀਤਾ ਹੋਇਆ ਜੀ ਇਹ ਆ ਜੀ ਉਹ ਤੁਹਾਨੂੰ ਪਤਾ ਚਲੋ ਮੀਡੀਆ ਨੇ ਚੱਕ ਲਿਆ ਸਾਰਾ ਕੰਮ ਫਿਰ ਸਿੱਧੂ ਸਾਹਿਬ ਨਹੀਂ ਮੰਨਦੇ ਸੀ ਮੇਰੇ ਸਾਹਮਣੇ ਹਾਈਕਮਾਂਡ ਨਾਲ ਗੱਲਾਂ ਹੋਈਆਂ ਨੇ ਬੰਦਿਆਂ ਨਾਲ ਗੱਲਾਂ ਹੋਈਆਂ ਨੇ ਉਹ ਕਹਿੰਦੇ ਡਿਫਰੈਂਟ ਵਿਊ ਨੇ ਉਹਦੇ ਪਰ ਗੈਰ ਸੰਵਿਧਾਨਕ ਕਿਹੜੀ ਗੱਲ ਆ ਮੈਨੂੰ ਉਹ ਦੱਸੋ ਜਦੋਂ ਮੈਂ ਦੇਖ ਲਿਆ ਮੈਂ ਫਿਰ ਆਪਦਾ ਮੋਢਾ ਮੈਂ ਕਨਸੈਂਟ ਵਿਡਰਾ ਕੀਤੀ ਆ ਕਨਸੈਂਟ ਸੀ ਤੁਸੀਂ ਸਾਨੂੰ ਵਿਚਾਰਾਂ ਸਲਾਹ ਲੈਣ ਲਈ ਤੁਸੀਂ ਸਾਨੂੰ ਨੋਮੀਨੇਟ ਕੀਤਾ ਨਾ ਅਪੁਆਇੰਟ ਕੀਤਾ ਰੈਕੋਗਨਾਈਜ਼ ਕੀਤਾ ਨਾ ਨੋਮੀਨੇਟ ਕੀਤਾ ਰੈਕੋਗਨੀਸ਼ਨ ਆ ਜਿਹੜੀ ਉਹ ਮੈਂ ਵਾਪਸ ਲਈ ਆ ਤੇ ਸਾਰੇ ਟੀਵੀਆਂ ਤੇ ਚੱਲਿਆ ਅਹੁਦੇ ਤੋਂ ਅਸਤੀਫਾ ਨਾ ਉੱਥੇ ਕੋਈ ਅਹੁਦਾ ਨਾ ਅਸਤੀਫਾ ਨਾ ਸਾਨੂੰ ਕੋਈ ਅਪੁਆਇੰਟਮੈਂਟ ਲੈਟਰ ਮਿਲਿਆ ਨਾ ਅਸੀਂ ਕਿਤੇ ਜੁਆਇਨ ਕੀਤਾ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਚਲੋ ਜੋ ਹੋਇਆ ਫਿਰ ਮੈਂ ਸੋਚਿਆ ਸਿੱਧੂ ਸਾਹਿਬ ਦੇ ਏਜੰਡੇ ਦਾ ਨੁਕਸਾਨ ਹੋ ਰਿਹਾ ਬਾਕੀ ਸਿੱਧੂ ਸਾਹਿਬ ਨਾਲ ਮੇਰੇ ਸੰਬੰਧ ਉਦੋਂ ਵੀ ਗਹਿਰੇ ਨੇ ਇਹ 'ਚ ਕੋਈ ਗੱਲ ਨਹੀਂ ਹੁਣ ਤਾਂ ਜੇ ਮੈਂ ਮਾੜਾ ਮੋਟਾ ਖਿਆਲ ਰੱਖਦਾ ਸੀ ਰੱਖਣਾ ਪੈਂਦਾ ਨਾ ਨੈਤਿਕ ਤੌਰ ਤੇ ਜੇ ਤੁਹਾਨੂੰ ਨੋਮੀਨੇਟ ਕੀਤਾ ਚਾਹੇ ਪਾਬੰਦੀ ਕੋਈ ਨਹੀਂ ਤੁਹਾਡੇ ਤੇ ਪਰ ਫਿਰ ਵੀ ਤੁਸੀਂ ਐਂ ਸੋਚਦੇ ਹੋ ਫਿਰ ਉਹ ਇੱਕ ਇੰਦਰਾ ਗਾਂਧੀ ਦੇ ਕਾਰਟੂਨ ਦੀ ਗੱਲ ਆ 89 ਦਾ ਕਾਰਟੂਨ ਆ ਉਹ ਮੈਂ ਛੇੜਿਆ ਨਹੀਂ ਸੀ ਨਾ ਮੈਂ ਰੀਸ਼ੇਅਰ ਕੀਤਾ ਨਾ ਮੈਂ ਨਵਾਂ ਲਾਇਆ ਅਭੀ ਸਿੱਧੂ ਕੇ ਸਲਾਹਕਾਰ ਨੇ ਇੱਕ ਨਵਾਂ ਕਾਰਟੂਨ ਲਾਇਆ ਹੈ ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿਸੇ ਨੇ ਸੁਣੀ ਨਹੀਂ ਰੌਲਾ ਗੋਲਾ ਸੀ ਤੇ ਹੁਣ ਉਹ ਸਾਰੀਆਂ ਗੱਲਾਂ ਨਿੱਤਰ ਕੇ ਸਾਹਮਣੇ ਆ ਜਾਣਗੀਆਂ ਜੀ ਇੰਨੀ ਕੁ ਗੱਲ ਹੈ ਇਤੋਂ ਵੱਧ ਕੋਈ ਗੱਲ ਨਹੀਂ ਕਹਿਣ ਦਾ ਮਤਲਬ ਗਾਹੇ ਬਗਾਹੇ ਜਦੋਂ ਤੁਹਾਨੂੰ ਉਹ ਅਪਰੋਚ ਕਰਨਗੇ ਆਪਦੀ ਸਲਾਹ ਲੈਣ ਲਈ ਤਾਂ ਤੁਸੀਂ ਤਾਂ ਹਾਲੇ ਵੀ ਤਿਆਰ ਹੋ ਤੁਸੀਂ ਸਿਰਫ ਤੇ ਸਿਰਫ ਕੰਸੈਂਟ ਵਿਦਡਰਾਅ ਕੀਤੀ ਹੈ ਬਹੁਤ ਚੰਗੀ ਤਰ੍ਹਾਂ ਮੇਰੇ ਨਾਲ ਹੁੰਦੀਆਂ ਨੇ ਜੀ ਗੱਲਾਂ ਅਸੀਂ ਘੰਟਾ ਘੰਟਾ ਗੱਲਾਂ ਕਰਦੇ ਆ ਟੈਲੀਫੋਨ ਤੇ ਉਹ ਤਾਂ ਜਿੱਦ ਕਰਦੇ ਸੀ ਮੈਂ ਤੇਰੇ ਘਰੇ ਆਉਣਾ ਮੈਂ ਨਾ ਘਰੇ ਨਹੀਂ ਆਉਣਾ ਜੀ ਫਿਰ ਕੀ ਫਾਇਦਾ ਫਿਰ ਤੁਹਾਡਾ ਨੁਕਸਾਨ ਹੋ ਰਾਈਟ ਸੋ ਇਸ ਕਰਕੇ ਉਹ ਸਤਿਕਾਰ ਕਰਦਾ ਮੈਂ ਉਹਨਾਂ ਦਾ ਪਹਿਲਾਂ ਨਾਲੋਂ ਵੀ ਵੱਧ ਕਰਦਾ ਤੇ ਸਾਡੇ ਆਪਸੀ ਸੰਬੰਧ ਪਹਿਲਾਂ ਨਾਲੋਂ ਵੀ ਗੂੜੇ ਨੇ ਜੀ ਮੈਂ ਕੋਈ ਪੱਥ ਤੇ ਥੋੜਾ ਛੇਕਿਆ ਹੋਇਆ ਵੀ ਮੈਂ ਉਹਨੂੰ ਮਿਲ ਨਹੀਂ ਸਕਦਾ ਜਾਂ ਉਹ ਮੈਨੂੰ ਨਹੀਂ ਮਿਲ ਸਕਦਾ ਜਾਂ ਮੈਂ ਟੈਲੀਫੋਨ ਨਹੀਂ ਕਰ ਸਕਦਾ ਉਹੋ ਜੀ ਕੋਈ ਗੱਲ ਨਹੀਂ ਸਾਰਿਆਂ ਨਾਲ ਮੇਰੇ ਸੰਬੰਧ ਨੇ ਠੀਕ ਹੈ ਜੀ ਮਲੀ ਸਾਹਿਬ ਮੈਂ ਨਾ ਦੁਬਾਰਾ ਨਵਜੋਤ ਸਿੱਧੂ ਦੇ ਮੁੱਦੇ ਤੇ ਹੀ ਆਉਣਾ ਆ ਪਰ ਇੱਕ ਮੈਨੂੰ ਬਾਰ ਬਾਰ ਇੱਕ ਮੈਸੇਜ ਆ ਰਿਹਾ ਜਿਹੜਾ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਨੇ ਲੋਕ ਉਹ ਇਹ ਹੈ ਕਿ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਮਹਾਂ ਪੰਚਾਇਤ ਹੋਈ ਹੈ ਰਿਕਾਰਡ ਤੋੜਵਾਂ ਇਕੱਠ ਹੋਇਆ ਉੱਥੇ ਮੁਜ਼ੱਫਰਨਗਰ UP ਦੇ ਵਿੱਚ ਕੀ ਇਹ ਕਿਤੇ ਨਾ ਕਿਤੇ ਹਾਲਾਂਕਿ ਉੱਥੋਂ ਦੇ ਜਿਹੜੇ ਉਪ ਮੁੱਖ ਮੰਤਰੀ ਉਹਨਾਂ ਦਾ ਤਾਂ ਬਿਆਨ ਦੂਜੇ ਦਿਨ ਕੀ ਮੈਨੂੰ ਲੱਗਦਾ ਉਦੋਂ ਹੀ ਸ਼ਾਮ ਨੂੰ ਆ ਗਿਆ ਸੀ ਵੀ ਜਿੰਨਾ ਮਰਜ਼ੀ ਇਕੱਠ ਕਰੀ ਜਾਣ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ ਅਸੀਂ ਆਪਦੇ ਹਿਸਾਬ ਨਾਲ ਹੀ ਚੱਲਾਂਗੇ ਤੇ ਚਲੋ ਉਹਨਾਂ ਨੂੰ ਪਾਸੇ ਰੱਖ ਦਈਏ ਕਿ ਕਿਤੇ ਨਾ ਕਿਤੇ ਸਰਕਾਰ ਕਿਤੋਂ ਨਾ ਕਿਤੋਂ ਸਰਕਾਰ 'ਤੇ ਕੋਈ ਪ੍ਰੈਸ਼ਰ ਪਿਆ ਲੱਗਦਾ ਚਾਹੇ UP ਵਾਲੀ ਹੋਵੇ ਚਾਹੇ ਸੈਂਟਰਲ ਗੌਰਮੈਂਟ ਹੋਵੇ ਕਿਤੇ ਨਾ ਕਿਤੇ ਉਹ ਰਾਜੀਨਾਮੇ ਵੱਲ ਆਉਂਦੇ ਲੱਗਦੇ ਆ ਕਿਉਂ ਕਿਉਂਕਿ 4 ਜਾਂ 5 ਮਹੀਨਿਆਂ ਤੱਕ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇਲੈਕਸ਼ਨ ਨੇ ਐਡਾ ਵੱਡਾ ਇਕੱਠ ਦੇਖ ਕੇ ਕਿਤੇ ਨਾ ਕਿਤੇ ਕੋਈ ਅਸਰ ਪਿਆ ਲੱਗਦਾ ਤੁਹਾਡੇ ਵਿਚਾਰਾਂ ਦੇ ਸਾਹਮਣੇ ਦੇਖੋ ਅਸਰ ਤਾਂ ਉਹਨਾਂ ਤੇ ਲਗਾਤਾਰ ਪੈ ਰਿਹਾ ਕਿਉਂਕਿ ਇੱਕ ਸਮੇਂ 'ਚ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਚਲੋ ਠੀਕ ਆ ਇੰਨਾ ਕੁ ਚੱਲੀ ਜਾਂਦਾ ਕਿਉਂਕਿ ਸਭ ਤੋਂ ਵੱਡਾ ਅਸਰ ਤਾਂ ਇਹ ਆ ਜੀ ਕਿ ਉਹਨਾਂ ਨੇ ਜਿਹੜਾ ਹਿੰਦੂ ਮੁਸਲਮਾਨ ਦਾ ਕਾਰਡ ਸੀ ਉਹ ਤੋੜਤਾ ਬ੍ਰੇਕਾਂ ਲਾਤੀਆਂ ਜਿਹਦੇ ਆਧਾਰ ਤੇ ਇਹਨਾਂ ਦੀ ਸ਼ਕਤੀ ਕੀ ਸੀ ਜਿਵੇਂ ਹੁੰਦਾ ਨਾ ਕਿਸੇ ਦਿਓ ਦੀ ਸ਼ਕਤੀ ਹੁੰਦੀ ਆ ਨਾ ਵੀ ਕਿਸੇ ਮੱਖੀ ਦੇ ਵਿੱਚ ਪਈ ਆ ਕੰਧ ਨਾਲ ਲੱਗੀ ਹੋਈ ਕਿਸਾਨ ਅੰਦੋਲਨ ਨੇ ਉਹ ਗੱਲ ਪਛਾਣ ਲਈ ਤੇ ਉਹਨਾਂ ਨੇ ਜਦੋਂ ਇਹ ਜਿੱਦੀ ਹੋ ਗਏ ਇਹਨਾਂ ਕੋਲੇ ਵੋਟ ਸਾਡੀਆਂ ਵੋਟਾਂ ਕਰਕੇ ਜਿੱਤੇ ਨੇ ਨਾ ਜੀ ਇਹ ਫਿਰ ਉਹਨਾਂ ਨੇ ਜਿਹੜਾ ਨਾਰਾ ਲਿਆਂਦਾ ਵੋਟ ਦੀ ਚੋਟ ਉਹ ਇਹਨਾਂ ਦੀ ਜਾਨ ਕੱਢਣ ਵਾਲਾ ਨਾਰਾ ਤੇ ਉਸ ਆਧਾਰ ਤੇ ਉਹਨਾਂ ਨੇ BJP ਨੂੰ ਹਰਾਉਣ ਦੀ ਗੱਲ ਤੇ ਬਿਲਕੁਲ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ UP ਦੇ ਵਿੱਚੋਂ ਭਾਜਪਾ ਦੇ ਪੈਰ ਉਖੇੜ ਦੇਣੇ ਆ ਜੜਾਂ ਉਖੇੜ ਦੇਣੀਆਂ ਤੇ ਉਹਨੂੰ ਹੰਗਾਰਾ ਬਹੁਤ ਵੱਡੀ ਪੱਧਰ ਤੇ ਮਿਲ ਰਿਹਾ ਹੁਣ ਇਹ ਤਾਂ ਹਰਿਆਣੇ 'ਚ ਜਿਵੇਂ ਕਹਿੰਦੇ ਨੇ ਪੰਜਾਬ ਵਾਲੇ ਨਾਲ ਹੁਣ ਮੁਜ਼ੱਫਰਪੁਰ ਵੀ ਪੰਜਾਬ ਵਾਲੇ ਚਲੇ ਗਏ ਜੀ ਮਤਲਬ ਤੁਸੀਂ ਝੂਠ ਬੋਲੀ ਜਾਓ ਵਾਰ ਵਾਰ ਬੋਲੀ ਜਾਓ ਪਰ ਕਿਉਂਕਿ ਫਾਸ਼ੀਵਾਦੀ ਸਰਕਾਰ ਆ ਇਹ ਇਸ ਕਰਕੇ ਜਿਵੇਂ ਬਾਬੇ ਨਾਨਕ ਨੇ ਕਿਹਾ ਨਾ ਜੀ ਮਾਇਆ ਧਾਰੀ ਅੰਨਾ ਬੋਲਾ
राजे शी मुकदम कुत्ते जाए जगावन बैठे सुते जी, पर लोकां दा हड़ा उहदे सामने इन्हां नूं हुंगारा देना पऊ। किसान अंदोलन बहुत अगे वध चुकिया, वड्डी गल इह आ जिहड़ी टोटल समाज दे विच बेचैनी आ ना जी, उहनूं मूहां मिल गया। इसे करके सारी कहण लग गए भी इह हुण किसानां दा अंदोलन नहीं, इह जन अंदोलन आ, जन अंदोलन, लोक अंदोलन आ। ठीक मल साहब, करके बहुत वड्डी तब्दीली दी गुंजाइश आ जी। मल साहब बहुत सोहना इलैबरेट किया, आप रुकते हैं सैकेंड ब्रेक लिए, उस तो बाद दोबारा फिर आप सिद्धू साहब वाले मसले पर आने। दर्शकों साढ़े बने हुए मालविंदर सिंह माली बहुत सोहना इलैबरेट कर रहे हैं, आप रुकते हैं एक छोटी जी ब्रेक लिए, बने रहो जस पंजाबी ते। स्वागत जी तुहाडा सारयां दा फिर प्रोग्राम ओपन प्लेटफॉर्म जस पंजाबी दे मंच तो। अपने नाल जुड़े हुए ने मालविंदर सिंह माली जी, तो काफ़ी हद तक कल भी जुड़ गए हैं आप माली साहब, अपने ना डॉक्टर पन्नू जुड़ गए, आप उन्होंने कॉल लैके अगे वधदे हैं जी। पन्नू साहब, डॉक्टर पन्नू तुसी ऑन एयर हो जी, माली साहब अपने जुड़े हुए हैं जी। स्वागत है, बहुत बहुत धन्यवाद जी। सवाल का जवाब देते हैं, मैं माली साहब से पूछना चाहूंगा। पन्नू साहब तुहाडी आवाज, तुहाडी आवाज नहीं क्लियर आ रही, पन्नू साहब तुहाडी आवाज नहीं क्लियर आ रही, तुसी कट के लाओगे जी? मेनू भी समझ नहीं आ रही है जी कोई गल, तुहाडी आवाज क्लियर नहीं आ रही, हुण बोलो जी, हुण क्लियर है। हां जी जी, माली साहब तो असीं इह पुछणा चाहांगे कि असीं बड़े चिंतित हां कि करनाल दे विच, दिल्ली दे विच किसान मोर्चा ला के बैठे ने और बड़ी टेंस सिचुएशन है, असीं बड़े चिंतित हां इस गल तों कि कोई अणसुखानी घटना ना वापर जे, कोई जानी माली वड्डा नुकसान ना हो जे। इस मामले नूं दिल्ली दा मोर्चा, करनाल दा मोर्चा बड़े सौहार्द तरीके नाल निपटिया जावे और ये किसानां नूं और गौरमेंट नूं सलाह देण भी ये मसला किवें हल हो सकता है। माली साहब की कहना चाहुंगे इस मुद्दे ते जी? धन्यवाद पन्नू साहब, सुनो आंसर सुनो। देखो जी, जिथों तक तक किसानां दी गल आ, ਉਹਨਾਂ ਨੇ ਜਿੰਨਾ ਸਬਰ ਵਿਖਾਇਆ, ਜਿੰਨਾ ਅਮਨ ਸ਼ਾਂਤੀ ਦਾ ਲੜ ਘੁੱਟ ਕੇ ਫੜਿਆ ਤੇ ਜਿੰਨੇ ਉਹ ਤੇ ਦ੍ਰਿੜ ਨੇ, ਇਸ ਤੋਂ ਵੱਧ ਉਹ ਕੀ ਕਰ ਸਕਦੇ ਨੇ? ਜਦੋਂ ਉਹਨਾਂ ਨੇ ਕਿਹਾ ਅਸੀਂ ਹੱਥ ਨਹੀਂ ਚੱਕਣਾ, ਪੀਸਫੁਲ ਰਹੂ, ਇੰਨਾ ਲੰਮਾ ਸਮਾਂ 10 ਮਹੀਨੇ ਅੰਦੋਲਨ ਚੱਲ ਗਿਆ, ਕੋਈ ਇਹੋ ਜਿਹੀ ਖਬਰ ਨਹੀਂ ਵੀ ਕਿਸਾਨਾਂ ਨੇ ਕੋਈ ਟਾਹਣੀ ਵੀ ਤੋੜੀ ਹੋਵੇ, ਕਿਸੇ ਦਰਖਤ ਦੀ ਨੁਕਸਾਨ ਕੀਤਾ ਹੋਵੇ, ਲੋਕ ਲਵਸਾਂ ਦੀ ਸਹਾਇਤਾ ਲੈ ਕੇ ਨਾਲ ਚੱਲਦੇ ਰਹੇ ਨੇ। ਹੁਣ ਇਹ ਜਿਵੇਂ ਕਹਿੰਦੇ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਾਜਾਬੰਦੀ ਕਰ ਲਓ ਸਮਰ ਜਾਂਦੇ ਨੇ। ਹੁਣ ਇੱਕ ਤਾਂ ਰਾਜਾਬੰਦੀ ਇਹ ਆ, ਕਿਸਾਨ ਉੱਥੋਂ ਵਾਪਸ ਘਰਾਂ ਨੂੰ ਚਲੇ ਜਾਣ ਜੀ ਬਿਨਾਂ ਕੋਈ, ਜੋ ਗੁਰਲਾਲ ਜੀ ਤੁਸੀਂ ਉਹ ਗੱਲ ਦੱਸੀ ਆ ਤੇ ਉਹ ਘੱਟ ਤੋਂ ਘੱਟ ਗੱਲ ਉਹਨਾਂ ਨੇ ਕੀਤੀ ਆ, ਜੇ ਤੁਸੀਂ ਉਹਨੂੰ ਵੀ ਮੰਨਣ ਨੂੰ ਤਿਆਰ ਨਹੀਂ ਤਾਂ ਇਹ ਮੋਰਚਾ ਪੂਰਾ ਮਨ ਰਹੂਗਾ, ਸ਼ਾਂਤੀਪੂਰਵਕ ਰਹੂਗਾ, ਤਸੱਲੀ ਸਾਨੂੰ ਇਸ ਗੱਲ ਦੀ ਹੈ, ਪਰ ਖਦਸ਼ਾ ਜਿਹੜਾ ਤੁਹਾਡੇ ਮਨ ਚ ਆ ਸਾਡੇ ਮਨ ਚ ਵੀ ਆ। ਸਰਕਾਰਾਂ ਦੇ ਹੱਥ ਬੜੇ ਲੰਬੇ ਹੁੰਦੇ ਨੇ, ਬਹੁਤ ਕੁਛ ਕਰ ਜਾਂਦੀਆਂ ਨੇ ਇਹ, ਇਸ ਪੱਖੋਂ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਤੇ ਸਰਕਾਰ ਨੂੰ ਜਿੱਦ ਛੱਡਣੀ ਚਾਹੀਦੀ ਆ। ਜੇ ਉਹਨਾਂ ਨੇ ਪਹਿਲੇ ਦਿਨ ਸਾਰਾ ਕੁਝ ਕਰਕੇ ਆਏ ਨਹੀਂ ਹੋਣ ਦੇਣਾ, ਆਏ ਨਹੀਂ ਹੋਣਾ, ਉਹ ਵੀ ਹੋ ਗਿਆ, ਫੇਰ ਮੀਟਿੰਗ, ਫੇਰ ਮੀਟਿੰਗ, ਗੱਲਬਾਤ ਦਾ ਰਸਤਾ ਅਪਣਾਉਣੀ ਪੈਣਾ, ਗੱਲਾਂ ਤੋਂ ਬਿਨਾਂ ਮਸਲੇ ਹੱਲ ਨਹੀਂ ਹੁੰਦੇ। ਫੈਸਲਾ ਜੰਗ ਦੇ ਮੈਦਾਨ ਚ ਹੋ ਜਾਂਦਾ, ਜੰਗ ਦੇ ਮੈਦਾਨ ਚ ਫੈਸਲਾ ਹੋ ਚੁੱਕਿਆ, ਹੁਣ ਤਾਂ ਟੇਬਲ ਤੇ ਉਹਨੂੰ ਫਾਰਮੂਲੇਟ ਕਰਨਾ, ਲਿਖਤੀ ਰੂਪ ਦੇਣਾ, ਉਹ ਸਰਕਾਰ ਦਾ ਫਰਜ਼ ਬਣਦਾ। ਜੋ ਜੰਗ ਦੇ ਮੈਦਾਨ ਦੇ ਵਿੱਚ ਫੈਸਲਾ ਹੋ ਚੁੱਕਿਆ ਉਹਨੂੰ ਲਿਖਤੀ ਰੂਪ ਦੇਣ, ਸਮਝੌਤਾ ਕਰਨ ਤੇ ਕਿਸਾਨ ਆਪੋ ਆਪਦੇ ਘਰਾਂ ਨੂੰ ਜਾਂ ਆਪੋ ਆਪਦੇ ਮੋਰਚਿਆਂ ਤੇ ਜਾਣ ਜੀ। ਮੋਰਚੇ ਤਾਂ 35 ਥਾਂ ਤੇ ਲੱਗੇ ਹੋਏ ਨੇ, ਟੋਲ ਪਲਾਜ਼ਿਆਂ ਤੇ ਲੱਗੇ ਹੋਏ ਨੇ, ਕਾਰਪੋਰੇਟਾਂ ਦੇ ਮਾਲਾਂ ਤੇ ਲੱਗੇ ਹੋਏ ਨੇ, ਬਾਰਡਰਾਂ ਤੇ ਲੱਗੇ ਹੋਏ ਨੇ ਜੀ। ਜੀ ਜੀ ਜੀ, ਮਾਲੀ ਸਾਹਿਬ ਆਪਣੇ ਨਾਲ ਡਾਕਟਰ ਬਾਜਵਾ ਜੁੜ ਗਏ ਹੈ ਆਪਾਂ, ਪਰ ਡਾਕਟਰ ਪੰਨੂ ਤੁਹਾਡਾ ਕੋਈ ਹੋਰ ਕੁਐਸਚਨ ਹੈ ਜੀ ਮਾਲੀ ਸਾਹਿਬ ਤੋਂ? ਆਪਣੇ ਡਾਕਟਰ ਬਾਜਵਾ ਜੁੜੇ ਹੋਏ, ਬਾਜਵਾ ਸਾਹਿਬ ਬਹੁਤ ਬਹੁਤ ਸਵਾਗਤ ਜੀ, ਡਾਕਟਰ ਸਾਹਿਬ ਤੁਹਾਡਾ ਔਨ ਏਅਰ, ਮਾਲੀ ਸਾਹਿਬ ਜੁੜੇ ਹੋਏ ਆਪਣੇ ਨਾਲ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਗੁਰਲਾਲ ਜੀ ਤੇ ਸਤਿ ਸ੍ਰੀ ਅਕਾਲ ਮਾਲੀ ਸਾਹਿਬ, ਮੈਂ ਸੁਣ ਰਿਹਾ ਪੂਰਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਕਿ ਜਿਹੜਾ ਕੋਈ ਵੀ ਡੈਮੋਕ੍ਰੈਟਿਕ ਗਣਤੰਤਰ ਜਾਂ ਰਿਪਬਲਿਕ ਹੁੰਦਾ ਹੈ, ਉਹ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਦਾ। ਇਹ ਠੀਕ ਗੱਲ ਹੈ ਕਿ ਉਹ ਪੂਰਾ ਹਰ ਇੱਕ ਨੂੰ ਖੁਸ਼ ਨਹੀਂ ਰੱਖ ਸਕਦਾ, ਪਰ ਫਿਰ ਵੀ ਲੋਕ ਉਮੀਦ ਰੱਖਦੇ ਹੈ ਔਰ ਉਸੇ ਉਮੀਦ ਦੇ ਆਧਾਰ ਤੇ ਅੱਜ ਭਾਰਤ ਦਾ ਕਿਸਾਨ ਐਜੀਟੇਸ਼ਨ ਕਰ ਰਿਹਾ ਆਪਣੇ ਹੱਕਾਂ ਦੀ ਰਾਖੀ ਵਾਸਤੇ। ਮੈਂ ਇੱਕ ਛੋਟੀ ਜਿਹੀ ਗੱਲ ਕਹਿ ਦੇਣੀ ਚਾਹੀਦਾ ਚਾਹੁੰਦਾ ਜਿਹੜੀ ਮੈਂ ਪੜ੍ਹੀ ਹੈ ਕਿ ਜਿਹੜੀ ਇੱਕ
ਵਰਲਡ ਆਰਗੇਨਾਈਜੇਸ਼ਨ ਹੈ ਯੂਨਾਈਟਿਡ ਨੇਸ਼ਨ ਦੀ ਜਿਹਨੂੰ ਆਪਾਂ OECD ਕਹਿੰਦੇ ਹਾਂ, ਆਰਗੇਨਾਈਜੇਸ਼ਨ ਆਫ ਇਕਨੋਮਿਕ ਡਿਵੈਲਪਮੈਂਟ ਐਂਡ ਕਾਰਪੋਰੇਸ਼ਨ, ਉਹਦੇ ਹਿਸਾਬ ਦੇ ਨਾਲ ਉਹਨਾਂ ਨੇ ਇਹ ਕੱਢਿਆ ਕਿ ਹਿੰਦੁਸਤਾਨ ਇੱਕ ਇਹੋ ਜਿਹਾ ਕੰਟਰੀ ਹੈ ਜਿੱਥੇ ਉਹਦੇ ਫਾਰਮਰਸ ਨੂੰ ਇੰਡੀਅਨ ਗਵਰਨਮੈਂਟ ਵੱਲੋਂ ਸਭ ਤੋਂ ਘੱਟ ਅਸਿਸਟੈਂਸ ਮਿਲਦੀ ਹੈ। ਮੇਰਾ ਅਸਿਸਟੈਂਸ ਕਹਿਣ ਨਾਲ ਭਾਵ ਇਹ ਹੈ ਕਿ ਕਿਸੇ ਕੰਟਰੀ ਦਾ ਐਗਰੀਕਲਚਰ ਸਰਵਾਈਵ ਸਬਸਿਡੀ ਤੋਂ ਨਹੀਂ ਕਰ ਸਕਦਾ। ਹੁਣ ਮੈਂ ਉਹਦਾ ਇੱਕ ਡੇਟਾ ਦੱਸਦਾ, ਇੰਡੀਅਨ ਫਾਰਮਰ ਜਿਹੜਾ ਹੈ ਉਹ $23 billion ਲੂਜ਼ ਕਰਦਾ ਹੈ ਆਏ ਸਾਲ ਟੂ ਸਬਸਿਡਾਈਜ਼ ਦਾ ਫੂਡ ਆਫ ਦਾ ਕੰਜ਼ਿਊਮਰਸ। ਉੱਥੋਂ ਮੇਰਾ ਇਹ ਭਾਵ ਹੈ ਕਿ ਅਗਰ 23 million ਚੋਂ ਜੇ ਪੰਜਾਬ 15% or 20% ਫੂਡ ਪ੍ਰੋਡਿਊਸ ਕਰਦਾ ਇਕੱਲਾ ਪੰਜਾਬ, ਤਾਂ ਇਹਦਾ ਮਤਲਬ ਇਹ ਆ ਅਸੀਂ $5 billion ਆਏ ਸਾਲ ਲੂਜ਼ ਕਰਦੇ ਹਾਂ। ਇਹ ਕੋਈ ਕੁਦਰਤੀ ਮਾਰ ਨਹੀਂ ਹੈ, ਦੂਜੀ ਨਹੀਂ ਹੈ, ਇਹ ਅਸੀਂ ਕੰਜ਼ਿਊਮਰ ਦਾ ਫੂਡ ਜਿਹੜਾ ਹੈ ਉਹ ਅਸੀਂ ਸਬਸਿਡਾਈਜ਼ ਕਰਦੇ ਹਾਂ। ਇੰਟਰਨੈਸ਼ਨਲ ਏਜੰਸੀਆਂ ਇਸ ਗੱਲ ਨੂੰ ਸਮਝਦੀਆਂ ਹੈ, ਪਲੀਜ਼ ਉੱਥੇ ਜ਼ਿਮੀਂਦਾਰਾਂ ਨੂੰ ਪੈਸਾ ਦਿਓ। ਅਗਰ ਥੋੜ੍ਹਾ ਕੰਜ਼ਿਊਮਰ ਅਤੇ ਦੂਜੇ 'ਤੇ ਇਹ ਪੈ ਜਾਏਗਾ, ਇਹਨੂੰ ਪੈਣ ਦਿਓ। ਇਹ ਇੰਟਰਨੈਸ਼ਨਲ ਰਿਪੋਰਟ ਹੈ। ਮੈਂ ਮਾਲੀ ਸਾਹਿਬ ਨੂੰ ਦੱਸਣਾ ਚਾਹੁੰਦਾ ਬਈ ਇਸ ਕਰਕੇ ਕਿਸਾਨ ਡਟੇ ਹੈ। ਕਿਸਾਨ ਅੱਜ ਅੰਡਰਸਟੈਂਡ ਕਰਦਾ, ਉਹ ਪੜ੍ਹਿਆ ਲਿਖਿਆ, ਉਹਦਾ ਧੀ ਪੁੱਤ ਇਹਨਾਂ ਚੀਜ਼ਾਂ ਤੋਂ ਵਾਕਫ ਆ। ਇਸੇ ਕਰਕੇ ਅੰਤਰਰਾਸ਼ਟਰੀ ਸਪੋਰਟ ਸਾਨੂੰ ਮਿਲ ਰਹੀ ਹੈ। ਥੈਂਕ ਯੂ ਜੀ। ਧੰਨਵਾਦ ਬਾਜਵਾ ਸਾਹਿਬ, ਬਹੁਤ ਬਹੁਤ ਸੁਣ। ਤੁਸੀਂ ਕਿਆ ਕੀ ਕਹਿਣਾ ਚਾਹੋਗੇ ਮਾਲੀ ਸਾਹਿਬ? ਦੇਖੋ ਜੀ, ਇਹ ਦੁਨੀਆਂ ਦਾ ਪਹਿਲਾ ਅੰਦੋਲਨ ਆ ਜਿੱਥੇ ਅੰਦੋਲਨਕਾਰੀ ਕਹਿੰਦੇ ਨੇ ਅਸੀਂ ਸ਼ਾਂਤ ਨਹੀਂ ਰਹਿਣਾ, ਸਰਕਾਰ ਕਹਿੰਦੀ ਆ ਨਹੀਂ ਡਾਂਗ ਚੱਕੋ, ਤੁਸੀਂ ਲੜਾਈ ਕਰੋ, ਟਕਰਾਅ ਚ ਪਾਓ। ਦੂਜੀ ਗੱਲ ਬਾਜਵਾ ਸਾਹਿਬ ਜਿਹੜੀ ਗੱਲ ਕਹਿੰਦੇ ਨੇ, ਪੰਜਾਬ ਦੇ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿਵੇਂ ਲੁੱਟ ਹੋ ਰਹੀ ਆ, ਕੀ ਹੋ ਰਿਹਾ ਇੰਟਰਨੈਸ਼ਨਲ। ਤੁਸੀਂ ਹੁਣ ਤਾਂ ਇਹ ਦੇਖ ਲਓ, ਤੁਸੀਂ ਜਿਹੜੇ ਕਿਸਾਨ ਮੋਰਚੇ ਚ ਨੇ, ਕਿਸੇ ਦੇ ਮੂੰਹ ਦੇ ਅੱਗੇ ਮੈਕ ਲਾ ਕੇ ਪੁੱਛ ਲਓ ਵੀ ਖੇਤੀ ਕਾਨੂੰਨ ਕੀ ਨੇ ਤੇ ਕੀ ਨੁਕਸਾਨ ਹੋਊਗਾ, ਕੋਈ ਆਮ ਬੰਦੇ ਨੂੰ ਪੁੱਛ ਲਓ ਕੀ ਨੁਕਸਾਨ ਹੋਊਗਾ। ਤੋ ਇਹ ਗੱਲਾਂ ਕਲੀਅਰ ਨੇ, ਇਹ ਠੀਕ ਆ ਬਾਜਵਾ ਸਾਹਿਬ ਦੀ ਗੱਲ, ਹੋਰ ਅਧਿਐਨ ਦੀ ਲੋੜ ਆ। ਖਾਸ ਕਰਕੇ ਜਿਹੜਾ ਇਹ ਮੁੱਦਾ ਕਿ ਭਾਰਤ ਦੇ ਵਿੱਚ MSP ਤੇ ਸਾਰੀਆਂ ਜਿਣਸਾਂ ਦੀ ਖਰੀਦ ਦੀ ਗਰੰਟੀ ਹੋਵੇ, ਇਹ ਤੇ ਹੋਰ ਅਧਿਐਨ ਕਰਨ ਦੀ ਲੋੜ ਆ ਕਿਸਾਨਾਂ ਨੂੰ। ਜਦੋਂ ਅਸੀਂ ਫੈਡਰਲ ਢਾਂਚੇ ਦੀ ਗੱਲ ਕਰਦੇ ਹਾਂ, ਵੱਖੋ ਵੱਖਰੀ ਧਰਤੀ ਆ, ਉਪਜਾਊ ਸ਼ਕਤੀ ਆ, ਕੋਸਟ ਆਫ ਪ੍ਰੋਡਕਸ਼ਨ ਵੱਖੋ ਵੱਖਰੀ ਆ ਤੇ ਜਲਵਾਯੂ ਵੱਖੋ ਵੱਖਰਾ, ਇਹ ਇਸ ਕਰਕੇ ਸਾਰੇ ਮੁਲਕ 'ਚ ਇੱਕ ਕੀਮਤ ਨਹੀਂ ਹੋਣੀ। 21-22 ਕਲਾਈਮੈਟਿਕ ਜ਼ੋਨ ਨੇ, ਉਹਨਾਂ ਦੇ ਅਨੁਸਾਰ ਤੁਹਾਨੂੰ ਕੁਝ ਜ਼ੋਨ ਬਣਾਉਣੇ ਪੈਣਗੇ, ਉਸ ਅਨੁਸਾਰ ਕੀਮਤਾਂ ਤੈਅ ਕਰਨੀਆਂ ਪੈਣਗੀਆਂ। ਹੁਣ MSP ਤੇ ਆਪਣਾ ਪੰਜਾਬ ਤਾਂ ਕਹਿੰਦਾ MSP ਸਾਨੂੰ ਮਿਲਦੀ ਹੈ, ₹3000 ਕੁਇੰਟਲ ਸਾਡਾ ਖਰਚਾ ਪੈਂਦਾ, ਦਿੰਦੇ ਹੋ 2000, ਤੁਸੀਂ MSP ਦੇ ਕੇ ਵੀ ਖੂਨ ਚੂਸ ਰਹੇ ਹੋ। ਤੇ ਜਿੱਥੇ ₹1000 ਕੁਇੰਟਲ ਆ, ₹1100 ਕੁਇੰਟਲ ਖਰਚਾ, ਉੱਥੇ MSP ਨਹੀਂ ਦਿੰਦੇ। ਸੋ ਕਈ ਗੱਲਾਂ ਨੇ, ਹੋਰ ਅਧਿਐਨ ਕਰਨ ਦੀ ਲੋੜ ਆ ਤੇ ਸੰਘਰਸ਼ ਦੇ ਨਾਲ ਜੁੜ ਕੇ ਅਧਿਐਨ, ਜਿਵੇਂ ਬਾਜਵਾ ਸਾਹਿਬ ਨੇ ਗੱਲਾਂ ਕੀਤੀਆਂ ਨੇ, ਬਹੁਤ ਸਾਰੇ ਲੋਕ ਨੇ ਸੋਚ ਰਹੇ ਨੇ, ਸਮਝ ਰਹੇ ਨੇ, ਉਹਨਾਂ ਦੇ ਵਿਚਾਰ ਕਿਸਾਨਾਂ ਤੱਕ ਪਹੁੰਚ ਰਹੇ ਨੇ। ਤੇ ਚੰਗੀ ਗੱਲ ਇਹ ਆ, ਉਹ ਸਮੂਹਕ ਲੀਡਰਸ਼ਿਪ ਦੇ ਤੌਰ ਤੇ ਵਿਚਾਰਦੇ ਨੇ, ਉਹਨਾਂ ਨੂੰ ਅਪਣਾ ਰਹੇ ਨੇ। ਮਾਲੀ ਸਾਹਿਬ, ਬਾਜਵਾ ਸਾਹਿਬ ਜਿਹੜੇ ਅੰਕੜੇ ਪੇਸ਼ ਕਰਦੇ, ਅਸੀਂ ਇਕੱਠਿਆਂ ਨੇ ਪ੍ਰੋਗਰਾਮ ਵੀ ਕੀਤਾ ਆ ਅਤੇ ਉਹਦੇ ਵਿੱਚ ਅਸੀਂ ਕ੍ਰਾਪ ਡਾਇਵਰਸੀਫਿਕੇਸ਼ਨ ਦੀ ਗੱਲ ਵੀ ਕੀਤੀ ਆ, ਲਾਈਵ ਸਟਾਕ ਦੀ ਗੱਲ ਵੀ ਕੀਤੀ ਆ, ਇਹ ਬੜੇ ਅੰਕੜਿਆਂ ਨਾਲ ਆਉਂਦੇ ਆ। ਔਰ ਕਈ ਵਾਰ ਮੈਂ ਇਹਨਾਂ ਨੂੰ ਆਫ ਦਾ ਲਾਈਨ ਵੀ ਕਾਲ ਕਰਕੇ ਉਸ ਚੀਜ਼ ਦੀ ਵੈਰੀਫਿਕੇਸ਼ਨ ਮੰਗਦਾ ਉਹਨਾਂ, ਔਰ ਬੜਾ ਚੰਗਾ ਐਲਾਬਰੇਟ ਕਰਦੇ ਆ। ਜਿੱਦਾਂ ਇਹਨਾਂ ਨੇ ਕਿਹਾ ਕਿ ਇੰਨੇ ਮਿਲੀਅਨ ਜਾਂ $1 billion ਜਿਹੜੇ ਆ ਲੂਜ਼ ਕਰ ਰਿਹਾ, ਹਾਲੇ ਤਾਂ ਜਿਹੜੀ ਬੇਸਿਕ ਨੀਡਸ ਆ, ਸਾਡੀ ਬੇਸਿਕ ਨੀਡਸ ਕੀ ਹੈ ਕਿ ਜਿਹੜੀ ਵੱਡਾ ਅੰਦੋਲਨ ਚੱਲ ਰਿਹਾ ਕਿ 3 ਖੇਤੀ ਕਾਨੂੰਨ ਜਿਹੜੇ ਆ ਇਹ ਰੱਦ ਹੋਣ ਅਤੇ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਸਰਕਾਰ ਗਰੰਟੀ ਕਰੇ, ਆਹ ਹੀ ਨਹੀਂ ਹੋ ਰਿਹਾ। ਜਿਹੜੇ ਉਹ ਡਾਲਰਾਂ ਦੀ ਗੱਲ ਕਰੇ, ਉਹ ਤਾਂ ਬਹੁਤ ਦੂਰ ਦੀ ਗੱਲ ਹੈ, ਉਹ ਕਿੱਥੇ ਕਿਸੇ ਨੇ ਨੇੜੇ ਲੱਗਣ ਦੇਣਾ ਇਹਨਾਂ ਗੱਲਾਂ ਨੂੰ। ਅੱਗੇ ਚੱਲਦੇ ਹਾਂ ਮਾਲੀ ਸਾਹਿਬ, ਤੁਸੀਂ ਬਹੁਤ ਸੋਹਣਾ ਐਲੈਬਰੇਟ ਕੀਤਾ ਕਿ ਤੁਸੀਂ ਕਿੱਦਾਂ ਅਤੇ ਹੁਣ ਆਪਾਂ ਆ ਰਹੇ ਤਿੰਨ ਚੁੱਪੀਆਂ ਦੇ, ਦੋ ਤਾਂ ਚੁੱਪ ਹੈ ਅਤੇ ਇੱਕ ਤੁਹਾਡੀ ਇੱਕ ਗੱਲ ਹੈ ਜਿਹੜੀ ਮੈਂ ਲਾਸਟ 'ਚ ਪੁੱਛੂੰਗਾ। ਚੁੱਪ ਇਹ ਆ ਮਲੀ ਸਾਹਿਬ, ਸ਼ਾਇਦ ਆਪਾਂ ਨੂੰ ਇੱਕ ਲਾਸਟ ਬ੍ਰੇਕ ਲਈ ਛੇਤੀ ਰੁਕਣਾ ਪਵੇ, ਪਰ ਤੁਸੀਂ ਚਾਲੂ ਕਰ ਜਾਓ, ਫਿਰ ਆਪਾਂ ਬਾਅਦ 'ਚ ਫਿਨਿਸ਼ ਕਰਾਂਗੇ। ਸਿੱਧੂ ਸਾਹਿਬ ਪ੍ਰਧਾਨ ਬਣ ਜਾਂਦੇ ਨੇ ਪੰਜਾਬ ਕਾਂਗਰਸ ਦੇ, ਬਹੁਤ ਚੰਗੀ ਗੱਲ ਆ,
ਹੁਣ ਇਹਦੇ ਵਿੱਚ ਤੁਹਾਡਾ ਕੋਈ ਨਹੀਂ ਗਾ, ਤੁਸੀਂ ਸਿਰਫ ਇੱਕ ਵਿਚਾਰ ਦੇਣੇ ਆ ਕਿ ਉਹ 1831 ਪ੍ਰੋਗਰਾਮ ਕੈਪਟਨ ਸਾਹਿਬ ਨੂੰ ਕਹਿੰਦੇ ਆ ਕਿ ਕਰੋ, ਉਹੀ ਕਰ ਸਕਦੇ ਹੋ, ਸੁਜੈਸ਼ਨ ਦੇ ਸਕਦੇ ਆ, ਕਿਉਂਕਿ ਐਡਮਿਨਿਸਟ੍ਰੇਟਿਵ ਦੀ ਪਾਵਰ ਹੈ ਜਿਹੜੀ ਉਹ ਕੈਪਟਨ ਸਾਹਿਬ ਕੋਲ ਹੈ। ਪਰ ਹੁਣ ਜਿਹੜੀ ਕਈ ਦਿਨਾਂ ਤੋਂ ਉਹਨਾਂ ਦੀ ਚੁੱਪੀ ਆ, ਚੁੱਪੀ, ਉਹ ਲੋਕ ਬਹੁਤ ਤਰ੍ਹਾਂ ਦੇ ਖਦਸ਼ੇ ਜ਼ਾਹਰ ਕਰ ਰਹੇ, ਤੁਸੀਂ ਉੱਤੇ ਥੋੜ੍ਹਾ ਬਹੁਤ ਕੁਛ ਕਹਿਣਾ ਚਾਹੋਗੇ? ਸਾਨੂੰ ਬਾਬਾ ਨਾਨਕ ਨੇ ਸੰਦੇਸ਼ ਦਿੱਤਾ, ਅੱਤ ਭਲਾ ਨਾ ਬੋਲਣਾ, ਅੱਤ ਨਾ ਬਹੁਤੀ ਚੁੱਪ। ਸੋ ਇਸ ਕਰਕੇ ਬੈਲੈਂਸ ਕਰਨ ਦੀ ਲੋੜ ਆ। ਦੇਖੋ ਇੱਕ ਗੱਲ ਬਹੁਤ ਕਲੀਅਰ ਆ, ਅਮਰਿੰਦਰ ਨੇ 1831 ਪ੍ਰੋਗਰਾਮ, ਪੰਜਾਬ ਕਾਂਗਰਸ ਨੇ ਜਿਹੜਾ 4-5 ਪ੍ਰੋਗਰਾਮ ਦਿੱਤਾ, ਜਾਂ ਜਿਹੜੇ ਸੁਝਾਅ ਦਿੱਤੇ ਨੇ ਵਿਧਾਨ ਸਭਾ ਸੈਸ਼ਨ ਛੱਡੋ ਬਿਜਲੀ ਸਮਝੌਤਿਆਂ ਬਾਰੇ, ਤੇ ਆਹ ਜਿਹੜੇ ਕਾਨੂੰਨ ਨੇ ਸੋਧਾਂ ਕੀਤੀਆਂ ਨੇ, ਇਹਨਾਂ ਨੂੰ ਮੁਕੰਮਲ ਫੈਡਰਲ ਢਾਂਚੇ ਤੇ ਹਮਲਾ ਕਰਾਰ ਦੇ ਕੇ ਰੱਦ ਕਰੋ। ਇੱਕ ਹਿਸਾਬ ਨਾਲ ਉਹਨੇ ਝੱਗਾ ਚੱਕਤਾ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਆ। ਜਦੋਂ ਇੱਕ ਮੁੱਖ ਮੰਤਰੀ ਇਹ ਕਹੇ, ਤੁਸੀਂ ਸੀਐਮ ਸਾਹਿਬ ਦੀ ਗੱਲ ਕਰ ਰਹੇ, ਜੀ 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 ਹਾਂ, ਜਦੋਂ ਇੱਕ ਮੁੱਖ ਮੰਤਰੀ ਇਹ ਕਹੇ ਕਿ ਮੈਂ ਭਾਰਤ ਚ ਨਵਾਂ ਇਤਿਹਾਸ ਸਿਰਜਤਾ ਵਾਅਦੇ ਪੂਰੇ ਕਰਨ ਦਾ, ਇਦੋਂ ਪਹਿਲਾਂ ਚੰਦਰ ਬਾਬੂ ਨਾਇਡੂ ਨੇ ਸਿਰਜਿਆ ਸੀ 73% ਵਾਅਦੇ ਪੂਰੇ ਕਰਕੇ, ਮੈਂ 93% ਵਾਅਦੇ ਪੂਰੇ ਕਰਤੇ ਤੇ 95% ਵਾਅਦੇ ਪੂਰੇ ਕਰਦਾ। ਇਸ ਕਰਕੇ ਉਹ ਤਾਂ ਲੋਕ ਇਹ ਕਹਿ ਰਹੇ ਨੇ, ਉਹਦੀ ਕਾਰਗੁਜ਼ਾਰੀ ਅਪ ਟੂ ਮਾਰਕ ਨਹੀਂ, ਜਾਂ ਮੈਂ ਸ਼ਬਦ ਬੋਲਣਾ ਵੀ ਐਤਕਿ ਉਹਦੀ ਨਿਖਿੰਧ ਕਾਰਗੁਜ਼ਾਰੀ ਆ। ਸੋ ਜਦੋਂ ਇਸ ਤਰ੍ਹਾਂ ਦਾ ਬਖਰੇਵਾ ਟਕਰਾ ਹੋਵੇ, ਉਸ ਹਾਲਤ ਹਾਈ ਕਮਾਂਡ ਕੋਲੇ ਦੋਏ ਰਸਤੇ ਨੇ, ਇੱਕ ਤਾਂ ਇਹ ਆ ਵੀ ਇਹਨੂੰ ਚੇਂਜ ਕਰੇ, ਚੇਂਜ ਕਰਨ ਦੇ ਹੁਣ ਕੀ ਫਾਇਦੇ ਨੁਕਸਾਨ ਨੇ, ਠਹਿਰ ਕੇ ਕੀ ਨੁਕਸਾਨ ਨੇ। ਇਹ ਮੇਰਾ ਆਪਣਾ ਵਿਚਾਰ ਪੱਕਾ ਕਿ ਅਮਰਿੰਦਰ ਆ ਜਿਹੜਾ ਉਹ ਕਾਂਗਰਸ ਦੀ ਜਿਹੜੀ ਖੀਰ ਬਣ ਰਹੀ ਆ, ਉਹਦੇ ਨਾਲ ਤੁਸੀਂ ਸਹਿਮਤ ਹੋਵੋ ਨਾ ਹੋਵੋ, ਉਹ ਤੇ ਸਵਾਹ ਭੁੱਕਣ ਦਾ ਕੰਮ ਕਰ ਰਿਹਾ। ਉਹਦਾ ਸਾਰਾ ਪ੍ਰੋਗਰਾਮ ਆ ਜਿਹੜਾ ਵੀ ਨਵਜੋਤ ਸਿੰਘ ਸਿੱਧੂ ਦੇ ਹੱਥ ਤਾਕਤ ਨਾ ਆਵੇ, ਇਹਦੇ ਨਾਲ ਉਹ ਸੁਖਵੀਰ ਦੇ ਹੱਥ ਆ ਜੇ, ਤੇ ਇਹਦੇ ਲਈ ਮੋਦੀ ਵੀ ਉਹਦੇ ਨਾਲ ਆ, ਭਾਜਪਾ ਵੀ ਉਹਦੇ ਨਾਲ ਆ, ਬਸਪਾ ਵੀ ਉਹਦੇ ਨਾਲ ਆ। ਸੋ ਇਸ ਕਰਕੇ ਬੜੀ ਕਸੂਤੀ ਸਿਚੁਏਸ਼ਨ ਪੈਦਾ ਹੋਈ ਆ। ਸਵਾਲ ਹੁੰਦੇ ਆ ਬੰਦਿਆਂ ਦੇ, ਉਹਦੇ ਵਿੱਚੋਂ ਦੇਖੋ ਜਿਹੜਾ ਉਹਨਾਂ ਨੇ ਕਿਹਾ ਸੀ ਇੱਟ ਨਾਲ ਇੱਟ ਖੜਕਾ ਦੂ, ਉਹਦਾ ਅਧਿਕਾਰ ਮਿਲ ਗਏ ਉਹਨਾਂ ਨੂੰ। ਉਹਨਾਂ ਨੂੰ ਕਹੀ ਇਹ ਗਿਆ, ਜੋ ਮੈਂ ਸਮਝਦਾ ਵੀ ਪਹਿਲਾਂ ਆਪਣੀ ਤਾਕਤ ਮਜ਼ਬੂਤ ਕਰੋ, ਪਾਰਟੀ ਬਣਾਓ ਗਰਾਊਂਡ ਪੱਧਰ ਤੇ, ਉਹ ਪਾਰਟੀ ਤੁਹਾਡੀ ਤਾਕਤ ਬਣੋ, ਹਾਲੇ ਸਰਕਾਰ ਨੂੰ ਛੇੜਨ ਵਾਲੇ ਪਾਸੇ ਨਾ ਪਾਓ। ਮੈਨੂੰ ਐਂ ਲੱਗਦਾ ਇਸ ਡਾਇਰੈਕਸ਼ਨ ਦੇ ਵਿੱਚ ਚੁੱਪ ਨਹੀਂ, ਉਹ ਮੀਟਿੰਗਾਂ ਕਰ ਰਿਹਾ, ਮਿਲ ਰਿਹਾ। ਹਾਂ ਸਰਕਾਰ ਤੇ ਜਿਹੜੇ ਜੋ ਕਹਿਣਾ ਸੀ ਸਰਕਾਰ ਨੂੰ ਕਹਿਤਾ, ਜੋ ਅਮਰਿੰਦਰ ਨੇ ਕਹਿਣਾ ਸੀ ਉਹ ਕਹਿਤਾ, ਇਹ ਤਾਂ ਹੁਣ ਲੋਕਾਂ ਨੇ ਫੈਸਲਾ ਕਰਨਾ ਵੀ ਗੱਲ ਕਿਹੜੀ ਕਿੱਧਰ ਨੂੰ ਜਾਂਦੀ ਹੈ ਜੀ। ਜੀ 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 ਮਲੀ ਸਾਹਿਬ, ਆਪਾਂ ਰੁਕਣਾ ਪਿਆ ਇੱਕ ਲਾਸਟ ਬ੍ਰੇਕ ਲਈ ਛੋਟੀ ਜੀ, ਤਾਂ ਉਦੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ। ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਲਵਿੰਦਰ ਸਿੰਘ ਮਾਲੀ, ਆਪਾਂ ਰੁਕਣਾ ਪਿਆ ਇੱਕ ਲਾਸਟ ਬ੍ਰੇਕ ਲਈ, ਇੱਦਾਂ ਹੀ ਬਣੇ ਰਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ, ਮੈਂ ਤੁਹਾਡਾ ਗੁਰਲਾਲ। ਮਾਲੀ ਸਾਹਿਬ ਆਪਾਂ ਆਪਣੇ ਨਾਲ ਜੁੜੇ ਨੇ ਮਾਲਵਿੰਦਰ ਸਿੰਘ ਮਾਲੀ। ਮਾਲੀ ਸਾਹਿਬ ਆਪਣੇ ਨਾ ਡਾਕਟਰ ਆਪਣੇ ਪਾਲ ਸਿੰਘ ਜੀ ਜੁੜ ਗਏ, ਉਹਨਾਂ ਦੇ ਵਿਚਾਰ ਲੈ ਕੇ ਅੱਗੇ ਵੱਧਦੇ ਜੀ। ਪਾਲ ਸਿੰਘ ਜੀ ਔਨੇਰੋਂ ਤੁਸੀਂ ਮਾਲੀ ਸਾਹਿਬ ਆਪਣੇ ਨਾਲ ਜੁੜੇ ਹੋਏ ਨੇ, ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ ਮਾਲੀ ਸਾਹਿਬ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਾਲੀ ਸਾਹਿਬ ਮੈਂ ਤੁਹਾਡਾ ਧੰਨਵਾਦ ਕਰ ਰਿਹਾ ਕਿ ਤੁਸੀਂ ਬਹੁਤ ਹੀ ਸੁਲਝੇ ਵਿਚਾਰ ਪੇਸ਼ ਕੀਤੇ ਨੇ, ਤੇ ਜਿਹੜਾ ਮੈਂ ਹੁਣੇ ਤੁਸੀਂ ਆਖਿਆ ਕਿ ਅਗਲੀ ਵਾਰੀ ਉਹ ਹੁਣ ਉਹ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਵਾਰੀ ਦੇ ਦੇਣਗੇ ਤਾਂ ਬਈ ਤੂੰ ਚੀਫ ਮਿਨਿਸਟਰ ਬਣ ਜਾ, ਬਿਲਕੁਲ। ਤੇ ਹਾਂ ਇਹ ਤੁਸੀਂ ਕੀ ਵੇਖਦੇ ਹੋ ਕਿ ਵੀ ਇਹ ਵਾਰੀ ਇਹ ਜਨਤਾ ਪਸੰਦ ਕਰੇਗੀ, ਜਨਤਾ ਇਹਨੂੰ ਹੋਣ ਦੇਵੇਗੀ, ਤੇ ਇਹਦੇ ਵਿੱਚ ਕਿਸਾਨਾਂ ਦਾ ਕੀ ਰੋਲ ਹੈ, ਜਾਂ ਇਹ ਉਹ ਕਿਸਾਨਾਂ ਨੂੰ ਇਲੈਕਸ਼ਨ ਕਿਸੇ ਪਾਰਟੀ ਨੂੰ ਸਪੋਰਟ ਕਰਨੀ ਚਾਹੀਦੀ ਹੈ, ਜਾਂ ਉਹ ਖੁਦ ਇਲੈਕਸ਼ਨ ਲੜਨ ਤਿੰਨੋਂ ਪਾਸੇ ਉਹਦੇ ਚ, ਯੂਪੀ ਚ ਵੀ ਤੇ ਇੱਥੇ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਕਿੰਨਾ ਕੁ ਹੁੰਗਾਰਾ ਮਿਲੇਗਾ। ਤੇ ਦੂਜੀ ਗੱਲ ਇਹ ਹੈਗੀ ਹੈ ਕਿ ਇਹਨਾਂ ਜਿਵੇਂ ਹੁਣ ਇਸ ਵਿੱਚ ਚੱਲ ਰਿਹਾ, ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਬਿਲਕੁਲ ਠੀਕ ਕਿਹਾ, ਉਹ ਤੇ ਜਦੋਂ ਬੀਜੇਪੀ ਦੇ ਚ ਕੁੱਛੜ ਚੜ ਗਏ ਤੇ ਉਹਨਾਂ ਨੇ ਕਾਨੂੰਨ ਉਦੋਂ ਉੱਤੇ ਬਣਵਾ ਤੇ, ਹੁਣ ਜਦੋਂ ਇੱਥੇ ਆ ਗਏ ਤੇ ਕਹਿੰਦੇ ਜੀ ਇਹ ਵੇਖ ਕੇ ਪਾਲਾ ਬਦਲ ਕੇ ਉੱਥੋਂ ਛੱਡ ਕੇ ਵੀ ਆ ਗਏ, ਪਾਰਟੀ ਉੱਥੋਂ ਬੀਜੇਪੀ ਤੋਂ ਵੱਖਰਾ ਸਮਝੌਤਾ ਵੀ ਤੋੜ ਲਿਆ ਜਿਹੜਾ ਇਹਨਾਂ ਦਾ ਕੋਆਰਡੀਨੇਸ਼ਨ ਚੱਲ ਰਹੀ ਸੀਗੀ। ਹੁਣ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਹੈ ਇਹਦੇ ਵਿੱਚ ਤੁਸੀਂ ਕਿਸਾਨਾਂ ਦਾ ਚੀਫ ਮਿਨਿਸਟਰ ਦੀ ਕੁਰਸੀ ਦੇ ਵਿੱਚ ਬਿਠਾਉਣ ਵਿੱਚ ਜਾਂ ਬੈਠਣ ਵਿੱਚ ਤੁਸੀਂ ਕੀ ਰੋਲ ਹੋਏਗਾ, ਜਾਂ ਤੁਸੀਂ ਕੀ ਸੁਜੈਸਟ ਕਰਦੇ ਹੋ? ਥੈਂਕ ਯੂ ਜੀ। ਧੰਨਵਾਦ ਪਾਲ ਸਿੰਘ ਜੀ, ਧੰਨਵਾਦ। ਸਮਝ ਆ ਗਈ ਸਾਰੀ ਗੱਲ ਮਲੀ ਸਾਹਿਬ? ਜੀ 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 ਜੀ, ਗੱਲ ਇਹ ਆ ਵੀ ਇਹਦੇ ਵਿੱਚ ਦੋ ਮਸਲੇ ਨੇ। ਇੱਕ ਤਾਂ ਮਸਲਾ ਇਹ ਆ ਵੀ ਜੋ ਕਿਸਾਨ ਅੰਦੋਲਨ ਨੇ ਪ੍ਰਵਚਨ ਉਭਾਰਿਆ, ਜਿਹੜੀ ਉਹ ਤੋਂ ਸਿਆਸਤ ਉਭਰੀ ਆ, ਉਹਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਦਾਖਲ ਹੋਣ ਦੇਣਾ, ਜਿਹਦੇ ਵਿੱਚ ਪੰਜਾਬ ਨੂੰ ਵਾਅਦਿਆਂ ਦੀ ਸਿਆਸਤ ਨਹੀਂ ਚਾਹੀਦੀ, ਪੰਜਾਬ ਨੂੰ ਮੁੱਦਿਆਂ ਦੀ ਸਿਆਸਤ ਚਾਹੀਦੀ ਆ, ਮੁੱਦਿਆਂ ਦੇ ਹੱਲ ਦੇ ਰੋਡ ਮੈਪ ਦੀ ਸਿਆਸਤ ਚਾਹੀਦੀ ਆ,
ਪੰਜਾਬ ਨੂੰ ਜਵਾਬਦੇਹੀ ਦੀ ਸਿਆਸਤ ਚਾਹੀਦੀ ਆ। ਪੰਜਾਬ ਨੂੰ ਜੋ ਲੋਕਾਂ ਦਾ ਟੈਕਸ ਆ ਜਿਹੜਾ ਜਿਹੜਾ ਖਾਲੀ ਖਜ਼ਾਨਾ ਤੇ 3 ਲੱਖ ਕਰੋੜ ਦਾ ਕਰਜ਼ਾ ਚੱਕ ਕੇ ਕੰਮ ਚਲਾ ਰਹੇ ਨੇ, ਇਹ ਹਾਲਤ ਨੂੰ ਬਦਲਣ ਲਈ ਕੁੱਝ ਨਾ ਕੁੱਝ ਕਰਨਾ ਪੈਣਾ। ਦੂਜਾ ਪੱਖ ਆ ਕਿਸਾਨ ਅੰਦੋਲਨ ਦਾ। ਦੇਖੋ ਕਿਸਾਨ ਅੰਦੋਲਨ ਚ ਇੱਕ ਮਿਨੀਮਮ ਪ੍ਰੋਗਰਾਮ ਤੇ ਉਹ ਇਕੱਠੇ ਹੋਏ ਨੇ, ਉਹਦੇ ਆਧਾਰ ਤੇ ਜਦੋਂ ਟਕਰਾਅ ਵੱਧ ਗਿਆ ਉਹਨਾਂ ਨੇ ਵੋਟ ਦੀ ਚੋਟ ਦਾ ਨਾਰਾ ਦਿੱਤਾ। ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ, ਪੰਜਾਬ ਦਾ ਕਿਸਾਨ ਅੰਦੋਲਨ ਆ ਜਿਹੜਾ ਹੁਣ ਤੱਕ ਪੰਜਾਬ ਦੀ ਸਿਆਸਤ ਚ ਦਖਲ ਨਹੀਂ ਦਿੰਦਾ ਰਿਹਾ। ਉਹ ਆਰਥਿਕਵਾਦੀ ਮਸਲਿਆਂ ਤੇ ਵੀ ਸਾਨੂੰ ਨੀ ਪਤਾ ਸਾਡੀਆਂ ਮੰਗਾਂ ਨੇ ਮੰਨੋ ਕਿਵੇਂ ਨਾ ਮੰਨੋ, ਇਸ ਤਰ੍ਹਾਂ ਦੀ ਲੜਾਈ ਉਹ ਲੜਦੇ ਰਹੇ ਨੇ। ਉਹਨਾਂ ਦੇ ਵਿੱਚੋਂ ਕਈ ਜਥੇਬੰਦੀਆਂ ਨੇ ਬਾਈਕਾਟ ਵਾਲੀਆਂ ਨੇ, ਕਈ ਜਥੇਬੰਦੀਆਂ ਇੰਨੀਆਂ ਜਿਹੀਆਂ ਨੇ ਜਿਹੜੇ ਕਹਿੰਦੇ ਨੇ ਵੋਟਾਂ ਤੋਂ ਨਾ ਝਾਕ ਕਰੋ, ਆਪਦੀ ਰਾਖੀ ਆਪ ਕਰੋ। ਕਈ ਜਥੇਬੰਦੀਆਂ ਇੰਨੀਆਂ ਜਿਹੜੀਆਂ ਕਹਿੰਦੀਆਂ ਵੀ ਸਾਡੇ ਚ ਤਾਂ ਸਾਰੀਆਂ ਵਿਚਾਰਾਂ ਵਾਲੇ ਲੋਕ ਨੇ ਭਾਈ, ਜਿਹਨੂੰ ਮਰਜ਼ੀ ਵੋਟ ਪਾ ਦੋ। ਉਹਨਾਂ ਦੇ ਲੀਡਰ ਕਿਸੇ ਪਾਰਟੀ ਨਾਲ ਅੱਟੀ ਸੱਟੀ ਲਾ ਲੈਂਦੇ ਰਹੇ ਹੁਣ ਤੱਕ, ਜਿਹਦੇ ਵਿੱਚੋਂ ਭੁਪਿੰਦਰ ਸਿੰਘ ਰਾਜ ਸਭਾ ਦਾ ਮੈਂਬਰ ਬਣ ਗਿਆ, ਲੱਖੋਵਾਲ ਸਾਹਿਬ 10 ਸਾਲ ਬੋਰਡ ਦੀ ਚੇਅਰਮੈਨ ਨਹੀਂ ਬਣ। ਹੁਣ ਅਸਲ ਚ ਜਿੱਥੇ ਹਾਲਤ ਪਹੁੰਚ ਗਈ, ਹੁਣ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਦਖਲ ਦੇਣਾ ਪੈਣਾ। ਪੰਜਾਬ ਦੀ ਮੁਲਕ ਦੇ ਨਾਲੋਂ ਵੱਖਰੀ ਹਾਲਤ ਆ। ਪੰਜਾਬ ਤਾਂ ਪਿਛਲੇ 10 ਸਾਲਾਂ ਦਾ ਲੜ ਰਿਹਾ ਕਿ ਸਾਨੂੰ ਉੱਤਰ ਘਾਟੋ ਮਾਏ ਚੜਾਂ ਦੀ ਖੇਡ ਖਤਮ ਕਰਕੇ ਸਾਨੂੰ ਬਦਲਵੀਂ ਸਿਆਸਤ ਚਾਹੀਦੀ ਆ, ਸਾਨੂੰ ਬਦਲਵੇਂ ਮੁੱਦੇ ਬਦਲਵੀਆਂ ਨੀਤੀਆਂ ਦੀ ਲੋੜ ਆ ਸਾਨੂੰ, ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਤੁਹਾਡੇ ਸਾਹਮਣੇ ਆ। ਇਸ ਪੱਖੋਂ ਪੰਜਾਬ ਪ੍ਰਤੀ ਕਿਸਾਨ ਆਗੂਆਂ ਨੂੰ ਘੱਟ ਤੋਂ ਘੱਟ ਪੰਜਾਬ ਲਈ ਏਜੰਡਾ ਤੈਅ ਕਰ ਸਕਦੇ ਆ ਉਹ, ਕਿ ਇਹਨਾਂ ਗੱਲਾਂ ਦਾ ਜਵਾਬ ਦਿਓ, ਕਿਉਂ ਖੇਤੀ ਕਾਨੂੰਨ ਖਤਮ ਹੋ ਜਾਣਗੇ ਅਸੀਂ ਖੂਹ ਚ ਡਿੱਗਣੋਂ ਬਚ ਜਾਵਾਂਗੇ, ਪਰ ਖਾਤੇ ਚ ਤਾਂ ਪਹਿਲੇ ਡਿੱਗੇ ਹੋਏ ਆ ਨਾ ਜੀ। ਉਹ ਤਾਂ ਪਹਿਲੇ ਜਿਹੜਾ ਬਾਬੇ ਨਾਨਕ ਦਾ ਪ੍ਰਵਚਨ ਆ, ਉੱਤਮ ਖੇਤੀ ਮੱਧਮ ਵਪਾਰ, ਖੇਤੀ ਤਾਂ ਖੁਦਕਸ਼ੀਆਂ ਦੀ ਬਣੀ ਹੋਈ ਆ ਨਾ ਜੀ, ਉਹਦਾ ਹੱਲ ਦੱਸੋ ਕੀ ਆ ਜੀ। ਤੁਸੀਂ ਵਿਕਾਸ ਦੀਆਂ ਗੱਲਾਂ ਕਰਦੇ ਹੋ, 4-ਲੇਨ ਸੜਕਾਂ ਬਣਾ ਤੀਆਂ, ਅੰਤਰਰਾਸ਼ਟਰੀ ਹਵਾਈ ਅੱਡੇ ਬਣਾ ਤੇ, ਇੱਕ ਉਡਾਣਾ ਇੰਟਰਨੈਸ਼ਨਲ ਪੰਜਾਬ ਤੋਂ ਚੱਲਦੀ ਨੀ, ਅੱਧਾ ਪੰਜਾਬ ਦਿੱਲੀ ਜਾਂਦਾ, ਦਿੱਲੀਓ ਮੁੜ ਕੇ ਆਉਂਦਾ, ਸਾਰਾ ਕੁਛ ਇਹ ਆ। ਸੋ ਇਸ ਕਰਕੇ ਜੇ ਤੁਸੀਂ ਝੋਨਾ ਉਹਨੂੰ ਬੰਦ ਕਰਨਾ ਤਾਂ ਦੂਜੀਆਂ ਜਿਹੜੀਆਂ ਵਸਤਾਂ ਬੀਜਾਂਗੇ ਉਹਨਾਂ ਦੀ ਖਰੀਦ ਦਾ, ਕੋਲਡ ਚੇਨ ਦਾ, ਜਾਂ ਪਾਕਿਸਤਾਨ ਨਾਲ ਵਪਾਰ ਦੀ ਗੱਲ ਆ ਜਿਹੜੀ, ਇਹੋ ਜਿਹੇ ਮੁੱਦੇ ਉਹ ਕਰ ਸਕਦੇ ਆ, ਤਾਂ ਕਿ ਜਿਹੜੀ ਸਿਆਸਤ ਆ ਮੁੱਦਿਆਂ ਤੇ ਆ ਜਾਏ, ਇੰਨੀ ਉਹ ਕਰ ਸਕਦੇ ਆ। ਜੇ ਕਹੀ ਆਪਾਂ ਪਾਰਟੀ ਬਣਾ ਲੈਣਗੇ, ਚੋਣਾਂ ਲੜਨਗੇ, ਹਾਲ ਦੀ ਕੜੀ ਮੈਨੂੰ ਇਹ ਗੱਲ ਨਹੀਂ ਲੱਗਦੀ, ਤਾਂ ਕਿ ਮੁੱਦਿਆਂ ਦੀ ਸਿਆਸਤ ਉੱਭਰ ਸਕੇ ਜੀ। ਮਾਲੀ ਸਾਹਿਬ ਵਕਤ ਇਜਾਜ਼ਤ ਨਹੀਂ ਦੇ ਰਿਹਾ, ਮੇਰੇ ਕੋਲ ਇੱਕ ਹੋਰ ਚੁੱਪੀ ਜਿਹੜਾ ਆਂਸਰ ਲੈਣਾ ਸੀ ਅਤੇ ਇੱਕ ਹੋਰ ਚੁੱਪੀ, ਪਰ ਜਿਹੜੀ ਤੁਸੀਂ ਹੁਣੇ ਗੱਲ ਕੀਤੀ, ਮੈਂ ਡਾਕਟਰ ਸਰਦਾਰਾ ਸਿੰਘ ਜੋਲਣਾ ਵੀ ਗੱਲ ਕਰਦਾ ਉਹਨਾਂ ਕਦੇ ਕਦੇ ਅਤੇ ਇੰਟਰਵਿਊਜ਼ ਵੀ ਕੀਤੇ ਹੈ ਕਿ ਆਪਾਂ ਸਿੱਧੇ ਇਲੈਕਸ਼ਨ 'ਚ ਇਹ ਅਗੇਨ ਮੇਰਾ ਵਿਅਕਤੀਗਤ ਵਿਚਾਰ ਹੋ ਸਕਦਾ, ਤੁਹਾਡੇ ਨਾਲ ਮੈਂ ਸਹਿਮਤ ਹਾਂ ਕਿ ਸਿੱਧੇ ਰਾਜਨੀਤੀ ਕਿਸਾਨਾਂ ਨੂੰ ਨਹੀਂ ਜਾਣਾ ਚਾਹੀਦਾ, ਉਹ ਸਿਰਫ ਉਸ ਗੱਲਾਂ 'ਤੇ ਆਉਣ ਕਿ ਕ੍ਰਾਪ ਡਾਇਵਰਸੀਫਿਕੇਸ਼ਨ ਕਰਕੇ ਅਸੀਂ ਬਦਲਵੀਂ ਫਸਲ ਜਿਹਨੂੰ ਘੱਟ ਪਾਣੀ ਲੱਗੇ ਅਤੇ ਉਹਦਾ MSP ਲਈਏ ਗੌਰਮੈਂਟ ਤੋਂ, ਉਹਦੀ ਸਬਸਿਡੀਜ਼ ਲਈਏ ਜੇ ਕੋਈ ਹੋਰ ਖਰਚੇ ਆਉਂਦੇ ਆ, ਉੱਥੇ ਜਾ ਕੇ ਆਪਣੇ ਆਪ ਨੂੰ ਸਟੇਬਲਾਈਜ਼ ਕਰੀਏ, ਨਾ ਕਿ ਆਪਾਂ ਰਾਜਨੀਤੀ, ਕਿਉਂਕਿ ਰਾਜਨੀਤੀ 'ਚ ਪੈਣ ਤੋਂ ਬਾਅਦ ਉਹ ਜਿਹੜੇ ਮੁੱਦੇ ਤੋਂ ਆਪਾਂ ਭਟਕ ਜਾਵਾਂਗੇ। ਮਲੀ ਸਾਹਿਬ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਬਹੁਤ ਸੋਹਣਾ ਇਲੈਬਰੇਟ ਕੀਤਾ, ਮੇਰੇ ਕੋਲ ਹੋਰ 2-3 ਕੁਐਸਚਨ ਸੀਗੇ, ਪਰ ਹੁਣ ਵਕਤ ਨਹੀਂ ਹੈ, ਪਰ ਆਪਾਂ 1-2 ਹਫ਼ਤਿਆਂ ਤਾਈਂ ਫਿਰ ਸੈਸ਼ਨ ਲਾਵਾਂਗੇ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ, ਤੁਸੀਂ ਹਜ਼ਾਰਾਂ ਲੋਕਾਂ ਨਾਲ ਮੇਰੇ ਵਿਚਾਰਾਂ ਦੀ ਸਾਂਝ ਪਵਾਈ ਆ, ਧੰਨਵਾਦ ਜੀ ਬਹੁਤ। ਧੰਨਵਾਦ ਮਾਲੀ ਸਾਹਿਬ, ਟੇਕ ਕੇਅਰ, ਆਪਦਾ ਪੂਰਾ ਖਿਆਲ ਰੱਖਣਾ। ਦਰਸ਼ਕ ਇਹ ਸਨ ਮਾਲਵਿੰਦਰ ਸਿੰਘ ਮਾਲੀ, ਬਹੁਤ ਸੋਹਣਾ ਇਲੈਬਰੇਟ ਕੀਤਾ, ਹੱਲੇ ਆਪਣੇ ਕੋਲ ਭਗਵੰਤ ਮਾਨ ਦੀ ਚੁੱਪੀ ਅਤੇ ਇੱਕ ਹੋਰ ਚੁੱਪੀ ਦਾ ਵੀ ਆਪਾਂ ਇਹਨਾਂ ਤੋਂ ਆਂਸਰ ਲੈਣਾ ਸੀ, ਪਰ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਦਾ ਪੂਰਾ ਖਿਆਲ ਰੱਖਣਾ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।